ਇੱਕ 3 ਸਾਲ ਦੀ ਬੱਚੀ ਦਾ ਰੇਪ ਹੋ ਜਾਂਦਾ ਆ। ਉਸ ਬੱਚੀ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਆ, ਉਹਦਾ ਕੀ ਅੰਗ ਪ੍ਰਦਰਸ਼ਨ ਸੀਗਾ। ਕੋਈ ਨਾ ਕੋਈ ਇੰਸੀਡੈਂਟ ਦੇ ਅੰਦਰ ਡੈਫੀਨੇਟਲੀ ਪੁਲਿਸ ਦੀ ਜਿਹੜੀ ਰੋਲ ਹੈਗਾ ਉਹ ਕੁਐਸਚਨ ਮਾਰਕ ਹੈ ਉਸਦੇ। ਇੱਕ ਵਿਚਾਰਧਾਰਾ ਸੀ ਕਿ ਜਿਹੜੀਆਂ ਲੜਕੀਆਂ ਨੇ ਉਹ ਛੋਟੇ ਕੱਪੜੇ ਪਾਉਂਦੀਆਂ ਨੇ, ਅੰਗ ਪ੍ਰਦਰਸ਼ਨ ਹੈ, ਅਟਰੈਕਸ਼ਨ ਕਰਦੀਆਂ ਨੇ, ਉਸ ਕਰਕੇ ਹੋ ਰਿਹਾ ਸਾਰਾ ਕੁਝ। ਘਰ ਦੇ ਅੰਦਰ ਜਦੋਂ ਕਿਸੇ ਕੁੜੀ ਦਾ ਰੇਪ ਹੋ ਜਾਂਦਾ ਨਾ, ਕਈ ਵਾਰੀ ਸ਼ਰਮ ਦੇ ਮਾਰੇ ਹੀ ਬੰਦੇ ਬਾਹਰ ਨਹੀਂ ਆਉਂਦੇ ਦੱਸਦੇ ਇਹ ਚੀਜ਼। ਦੇਖੋ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇਣੀ ਕਿ ਉੱਥੋਂ ਦੀ CM ਬਿਕੋਜ਼ ਇੱਕ ਔਰਤ ਨਹੀਂ ਕਰਕੇ। ਜਿਹੜੀ ਪਨਿਸ਼ਮੈਂਟ ਹੈ ਮੇਰੇ ਅਕੋਰਡਿੰਗਲੀ ਇਹ ਪਬਲਿਕਲੀ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਔਰ ਡੈਟਰੈਂਟ ਹੁੰਦਾ ਇਸ ਚੀਜ਼। ਮੇਰੇ ਕੋਲ ਬੜੇ ਕੇਸਿਸ ਐਸੇ ਆਏ ਨੇ ਕਿ ਜਿਹੜੇ ਕਹਿੰਦੇ ਕਿ ਸਾਨੂੰ ਸੈਕਸ਼ੁਅਲ ਹੈਰਸਮੈਂਟ ਐਟ ਦਾ ਵਰਕ ਹੈ। ਕਹਿੰਦੇ ਆ ਫੋਟੋਆਂ ਖਿੱਚ ਲਈਆਂ, ਇਹ ਕਰ ਰਿਹਾ, ਉਹ ਇੰਟਰਨੈਟ 'ਤੇ ਪਾ ਰਿਹਾ, ਕੁਛ ਕਰ ਰਿਹਾ, ਵੀ ਟੇਕ ਕੇਅਰ। ਵੈਸਟਰਨ ਕਲਚਰ ਦੀ ਤਰਫ ਜੇ ਜ਼ਿਆਦਾਤਰ ਜਾ ਕੇ ਨਾ ਦੇਖੋ, ਇਸ ਚੀਜ਼ ਨੂੰ ਦੇਖੋ ਕਿ ਸਾਡੇ ਮਾਂ ਬਾਪ ਨੇ ਕੀ ਸੰਸਕਾਰ ਦਿੱਤੇ ਨੇ, ਮਾਂ ਬਾਪ ਨੇ ਕੀ ਸਮਝਾਇਆ। ਵੈਸਟਰਨ ਕਲਚਰ 'ਤੇ ਅਪਣਾ ਲਿਆ ਮਗਰ ਸਾਡੇ ਨਾ ਤਾਂ ਸੰਸਕਾਰ ਹੋਏ ਜੇ ਨੇ ਕਿ ਅਲਾਓ ਕਰਨ ਕਿਸੇ ਕੁੜੀਆਂ ਨੂੰ ਇਸ ਤਰੀਕੇ ਦੇ, ਨਾ ਹੀ ਸਮਾਜ ਉਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਦੇਖਦਾ ਕਿ ਇਹ ਕੋਈ ਅੱਛੀ ਚੀਜ਼ ਹੈ ਕਿ ਲੜਕੀ ਨੂੰ ਕੰਮ ਕਰਦਾ। ਚਾਹੇ ਕਿਸੇ ਮੰਤਰੀ ਦੀ ਆ ਜਾਏ, ਸੰਤਰੀ ਦੀ ਆ ਜਾਏ, MLA ਸਾਹਿਬ ਦੀ ਆ ਜਾਏ, ਕਿਸੇ ਦੀ ਵੀ ਕੋਈ ਕਾਲ ਆ ਜਾਵੇ, ਤੁਸੀਂ ਉਸ ਨੂੰ ਐਂਟਰਟੇਨ ਨਹੀਂ ਕਰਨਾ ਇਨ ਦਾ ਫੇਵਰ ਆਫ ਐਨੀਬਡੀ। ਲੋਕ ਪੈਲੀਆਂ ਵੇਚ ਵੇਚ ਕੇ ਤੁਹਾਨੂੰ ਬਾਹਰ ਭੇਜ ਰਹੇ ਨੇ, ਆਪਣਾ ਪੜ੍ਹਨ ਦੇ ਲਈ ਆਪਣਾ ਅੱਛਾ ਕੈਰੈਕਟਰ ਜਿਹੜਾ ਮੋਰਲੀ ਉਹ ਆਪਣੇ ਆਪ ਨੂੰ ਸਟਰੋਂਗ ਰੱਖੋ, ਉਸ ਚੀਜ਼ ਵੈਸਟਰਨ ਕਲਚਰ ਦੇ ਅੰਦਰ ਜ਼ਿਆਦਾ ਨਾ ਪੈ ਕੇ ਆਪਣੇ ਸੰਸਕਾਰਾਂ ਨੂੰ ਆਪਣੇ ਵੱਡਿਆਂ ਦਾ ਪਿੱਛਾ ਰੱਖੋ। ਪੰਜ ਦਹਾਕੇ ਪਹਿਲਾਂ ਇੱਕ ਫਿਲਮ ਆਈ ਰਾਮ ਤੇਰੀ ਗੰਗਾ ਮੈਲੀ। ਲਗਾਤਾਰ ਅਜਿਹੀਆਂ ਫਿਲਮਾਂ ਵੀ ਬਣੀਆਂ ਜਿਸ ਦੇ ਵਿੱਚ ਔਰਤਾਂ ਦੇ ਹੋ ਰਹੇ ਸ਼ੋਸ਼ਣ ਦਾ ਜ਼ਿਕਰ ਕੀਤਾ ਗਿਆ। ਪੂਰੇ ਇਲੈਕਸ਼ਨ ਦੇ ਵਿੱਚ ਰਾਮ ਰਾਜ ਦੀ ਗੱਲ ਹੋਈ, ਰਾਮ ਰਾਜ ਦੇ ਨਾਂ 'ਤੇ ਵੋਟਾਂ ਮੰਗੀਆਂ ਗਈਆਂ। ਅਸੀਂ ਨਿਰਭਿਆ ਕੇਸ ਤੋਂ ਕੁਝ ਨਹੀਂ ਸਿੱਖਿਆ ਔਰ ਫਾਸਟ ਟਰੈਕ ਕੋਰਟ ਦੀ ਗੱਲ ਹਾਲੇ ਵੀ ਅਧੂਰੀ ਹੈ। ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦੇ ਹਾਂ, ਵਨ ਨੇਸ਼ਨ ਵਨ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਪਰ ਔਰਤਾਂ ਦੇ ਲਈ ਸੁਰੱਖਿਆ ਕਿਸ ਤਰੀਕੇ ਦੀ ਹੋਵੇ, ਫਾਸਟ ਟਰੈਕ ਕੋਰਟਾਂ ਦੇ ਵਿੱਚ ਜਾ ਕੇ ਇਨਸਾਫ ਕਿਵੇਂ ਹੋਵੇ, ਇਹ ਮੰਗ ਅੱਜ ਲੋਕਾਂ ਦੇ ਵਿੱਚ ਉੱਠੀ ਆ। ਜਦੋਂ ਅੱਜ ਕਲਕੱਤਾ ਦਾ ਰੇਪ ਕੇਸ ਸਭ ਦੇ ਸਾਹਮਣੇ ਹੈ, ਜਦੋਂ ਔਰਤਾਂ ਆਪਣੀ ਡਿਊਟੀ 'ਤੇ ਵੀ ਸੁਰੱਖਿਅਤ ਨਹੀਂ, ਤਾਂ ਤੁਸੀਂ ਬਾਜ਼ਾਰਾਂ ਦੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਕਿਵੇਂ ਮੰਨ ਸਕਦੇ ਹੋ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜਗਿੱਲ ਸਾਡੇ ਨਾਲ ਨੇ, ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਜ਼ਿਕਰ ਬਹੁਤ ਹੋਇਆ ਜੀ ਪੂਰੇ ਇਲੈਕਸ਼ਨ ਦੇ ਵਿੱਚ ਰਾਮ ਰਾਜ ਦੀ ਗੱਲ ਹੋਈ, ਤੁਹਾਡੇ ਕੋਲ ਬਹੁਤ ਸਾਰੀਆਂ ਔਰਤਾਂ ਆਉਂਦੀਆਂ ਨੇ ਵੱਖ ਵੱਖ, ਉਹਨਾਂ ਦੀਆਂ ਆਪਣੀਆਂ ਸਮੱਸਿਆ ਹੁੰਦੀਆਂ ਨੇ। ਕਲਕੱਤਾ ਰੇਪ ਕੇਸ ਤੋਂ ਬਾਅਦ ਕੀ ਡਾਇਰੈਕਸ਼ਨ ਨਵੀਂ ਤੁਸੀਂ ਆਪਦੇ ਵੱਲੋਂ ਜਾਰੀ ਕੀਤੀ ਜੀ, ਕਿਵੇਂ ਔਰਤਾਂ ਦੀ ਸੁਰੱਖਿਅਤ, ਕਿਵੇਂ ਸਕੂਲ ਜਾਂਦੀਆਂ ਬੱਚੀਆਂ ਦੀ ਸੁਰੱਖਿਆ ਕਿਵੇਂ ਹੋਵੇ ਜੀ, ਕਿਸ ਤਰੀਕੇ ਨਾਲ ਪੂਰਾ ਮਾਮਲਾ ਦੇਖਦੇ ਹੋ? ਦੇਖੋ ਇਹਦੇ 'ਚ ਨਵੀਂ ਡਾਇਰੈਕਸ਼ਨ ਦਾ ਕਿੱਦਾਂ ਕਰੀਏ, ਕਿਉਂਕਿ ਜਦੋਂ ਤੋਂ ਅਸੀਂ ਨਿਰਭਿਆ ਕੇਸ ਤੋਂ ਬਾਅਦ ਬੜੀਆਂ ਡਾਇਰੈਕਸ਼ਨ ਪਾਸ ਕੀਤੀਆਂ ਗਈਆਂ, ਨਿਰਭਯ ਐਕਟ ਵੀ ਬਣਿਆ ਆ, ਠੀਕ ਹੈ ਨਾ, ਲੇਕਿਨ ਉਹ ਕਿੱਥੇ ਤੱਕ ਲਾਗੂ ਹੁੰਦਾ ਜਦੋਂ ਇਹੋ ਜਿਹਾ ਕੋਈ ਕੰਮ ਚੱਲਦਾ ਹੈ, ਇਹ ਵੀ ਬੜਾ ਕੁਐਸਚਨੇਬਲ ਇੱਕ ਜਗ੍ਹਾ ਬਣਦੀ ਹੈ ਕਿ ਨਿਰਭਯ ਐਕਟ ਕਿੰਨਾ ਕੁ ਲਾਗੂ ਹੋ ਗਿਆ। ਔਰ ਜਿੱਥੇ ਤੱਕ ਸਵਾਲ ਹੈਗਾ ਕਿ ਇਹੋ ਜਿਹੇ ਰੇਪ ਕੇਸਿਸ ਨੇ, ਇਹ ਡੇਲੀ ਹੋ ਰਹੇ ਨੇ। ਪਹਿਲਾਂ ਤਾਂ ਤੁਸੀਂ
ਇੱਕ ਵਿਚਾਰਧਾਰਾ ਸੀ ਕਿ ਜਿਹੜੀਆਂ ਲੜਕੀਆਂ ਨੇ ਉਹ ਛੋਟੇ ਕੱਪੜੇ ਪਾਉਂਦੀਆਂ ਨੇ, ਅੰਗ ਪ੍ਰਦਰਸ਼ਨ ਹੈ, ਅਟਰੈਕਸ਼ਨ ਕਰਦੀਆਂ ਨੇ, ਉਸ ਕਰਕੇ ਹੋ ਰਿਹਾ ਸਾਰਾ ਕੁਛ, ਠੀਕ ਹੈ। ਲੇਕਿਨ ਅਗਰ ਇਹ ਕੈਲਕਟਾ ਵਾਲੇ ਮਰਡਰ ਕੇਸ ਦੀ ਅਸੀਂ ਗੱਲ ਦੇਖਦੇ ਹਾਂ, ਉਹ ਲੜਕੀ ਨੇ ਤਾਂ ਪੂਰੇ ਕੱਪੜੇ ਪਾਏ ਸੀਗੇ, ਉਹਨੇ ਆਪਣਾ ਚਿੱਟਾ ਕੋਟ ਪਾਇਆ ਸੀਗਾ, ਗਲੇ 'ਚ ਸਟੈਥੋਸਕੋਪ ਸੀ, ਉਹ ਦੂਜਿਆਂ ਦੀ ਜਾਨ ਬਚਾਉਂਦੀ ਸੀ, ਅਤੇ ਤੁਸੀਂ ਉਸੇ ਦੀ ਜਾਨ ਲੈ ਲਈ। ਇੱਕ 3 ਸਾਲ ਦੀ ਬੱਚੀ ਦਾ ਰੇਪ ਹੋ ਜਾਂਦਾ ਆ, ਉਸ ਬੱਚੀ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਆ, ਉਹਦਾ ਕੀ ਅੰਗ ਪ੍ਰਦਰਸ਼ਨ ਸੀਗਾ। ਅਤੇ ਇਹ ਜਿਹੜੇ ਨੇ ਨਾ, ਇਹ ਸਿਰਫ ਬਹਾਨੇ ਬਣਾਏ ਜਾਂਦੇ ਨੇ ਕਿ ਲੜਕੀ ਨੇ ਇਹ ਕੀਤਾ ਤਾਂ ਉਹਨੇ ਅਟਰੈਕਟ ਕੀਤਾ ਕਿਸੇ ਈਵਲ ਮਾਇੰਡ ਨੂੰ, ਅਤੇ ਇਹ ਸਾਰਾ ਕੁਛ ਉੱਥੇ ਹੋਇਆ ਆ। ਇੱਕ ਕੁੜੀ ਜਿਹੜੀ ਹੈ ਅੱਜ ਸਮਾਜ ਦੇ ਅੰਦਰ ਕਿਤੇ ਵੀ ਸੁਰੱਖਿਅਤ ਨਹੀਂ ਹੈ, ਨਾ ਉਹ ਸੁਰੱਖਿਅਤ ਹੈ ਕਿਸੇ ਆਪਣੇ ਜਿੱਦਾਂ ਹੋਸਪਿਟਲ ਸੁਰੱਖਿਅਤ ਨਹੀਂ ਹੈ, ਟਰਾਂਸਪੋਰਟਸ ਦੇ ਅੰਦਰ ਉਹਨਾਂ ਦੇ ਅੰਦਰ ਰੇਪ ਹੋ ਰਹੇ ਨੇ ਉਹਨਾਂ ਦੇ ਨਾਲ, ਉਹ ਟਰਾਂਸਪੋਰਟ ਵੀ ਉਹਨਾਂ ਦੇ ਲਈ ਸੇਫ ਨਹੀਂ ਹੈ, ਉਹਨਾਂ ਦੇ ਆਪਣੇ ਘਰ ਸੇਫ ਨਹੀਂ ਹੈ, ਜਿੱਥੇ ਕਿ ਘਰ ਦੇ ਅੰਦਰ ਵੀ ਉਹਨਾਂ ਦੇ ਰੇਪ ਹੋ ਰਹੇ ਨੇ, ਉਹ ਸਿਸਕੀਆਂ ਲੈ ਕੇ ਉੱਥੇ ਦੱਬਿਆ ਜਾਂਦਾ, ਕਈ ਵਾਰੀ ਬਾਹਰ ਵੀ ਨਹੀਂ ਆਉਂਦੀਆਂ ਇਹ ਚੀਜ਼ਾਂ। ਲੜਕੀਆਂ ਜਿਹੜੀਆਂ ਨੇ ਪੁਲਿਸ ਯੂਨੀਫਾਰਮ ਦੇ ਅੰਦਰ ਵੀ ਜਿਹੜੇ ਨੇ ਅਮੋਲੈਸਟੇਸ਼ਨ ਦੇ ਕੇਸ ਬਣੇ ਨੇ ਉਹਨਾਂ ਦੇ ਉੱਤੇ, ਔਰ ਇਸ ਤਰ੍ਹਾਂ ਦੇ ਲਈ ਲੜਕੀਆਂ ਹੈ ਕਿੱਥੇ ਸੇਫ? ਅਸੀਂ ਕਿਸ ਐਕਟ ਦੀ ਗੱਲ ਕਰਦੇ ਹਾਂ ਕਿ ਇਹ ਜਿਹੜੀ ਸਾਰੀ ਚੀਜ਼ ਹੈ ਇਹ ਐਕਟ ਦੀ ਨਹੀਂ, ਇਹ ਮਾਇੰਡ ਸੈੱਟ ਹੈ, ਮੋਰਲ ਰਿਸਪੋਂਸੀਬਿਲਿਟੀ ਹੈ ਜਿਹੜੀ ਕਿ ਸਮਾਜ ਦੇ ਅੰਦਰ ਸਭ ਨੂੰ ਲੈਣੀ ਪੈਂਦੀ ਹੈ, ਠੀਕ ਹੈ। ਆਪਣਾ ਕੈਰੈਕਟਰ ਹੈ ਜਿਹੜਾ ਸਟਰੋਂਗ ਹੋਣਾ ਪੈਂਦਾ, ਜੋ ਇਸਨੇ ਰੇਪ ਕੀਤਾ ਆ ਉਹਨੂੰ ਵੀ ਪਤਾ ਕਿ ਉਹਦੇ ਘਰ ਦੇ ਅੰਦਰ ਵੀ ਮਾਂ ਅਤੇ ਭੈਣ ਹੈ, ਪਰ ਉਸਦਾ ਤੁਸੀਂ ਬ੍ਰਿੰਗਿੰਗ ਅਪ ਦੇਖੋ ਕਿਸ ਤਰੀਕੇ ਦੀ ਹੈ, ਜਾਂ ਉਹਦਾ ਮਾਇੰਡ ਸੈੱਟ ਕਿਸ ਤਰੀਕੇ ਦਾ ਹੈ ਕਿ ਉਹ ਇਸ ਚੀਜ਼ ਨੂੰ ਸੋਚਦਾ ਹੀ ਨਹੀਂ ਹੈ। ਉਹਨੇ ਕਦੇ ਦੇਖਿਆ ਜਿਸ ਕੁੜੀ ਦੇ ਨਾਲ ਮੈਂ ਰੇਪ ਕਰ ਰਿਹਾ ਕਿ ਸ਼ਾਇਦ ਮੇਰੀ ਭੈਣ ਤਾਂ ਨਹੀਂ ਹੈਗੀ ਕਿਤੇ? ਅਤੇ ਇਹ ਜਿਹੜੀ ਚੀਜ਼ਾਂ ਨੇ, ਕਦੀ ਕਦੀ ਇਹ ਚੀਜ਼ਾਂ ਪੋਲੀਟੀਕਲ ਮੋਟੀਵੇਟਡ ਵੀ ਹੁੰਦੀਆਂ ਨੇ, ਕਦੀ ਕਦੀ ਇਹ ਚੀਜ਼ਾਂ ਜਿਹੜੀਆਂ ਨੇ ਕਿ ਇੱਕ ਡਰੱਗਸ ਦੇ ਅੰਡਰ ਐਬਰੇਟਡ ਕੰਡੀਸ਼ਨ ਦੇ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਕੀ ਕੀਤਾ ਆ। ਇਹ ਜਿਹੜਾ ਲੋਸ ਨੇ, ਜਿਹੜੇ ਐਕਟ ਨੇ, ਇੰਨੇ ਸਟ੍ਰਿਕਟ ਹੋਣੇ ਚਾਹੀਦੇ ਨੇ, ਇਹਦੀ ਪਨਿਸ਼ਮੈਂਟ ਜਿਹੜੀ ਹੈ ਕੋਰਪਰਲ ਪਨਿਸ਼ਮੈਂਟ ਇੰਨੀ ਸਟ੍ਰਿਕਟ ਹੋਣੀ ਚਾਹੀਦੀ ਹੈ ਕਿ ਫਾਸਟ ਟਰੈਕ ਦੇ ਉੱਤੇ ਪਾ ਕੇ ਇਹੋ ਜਿਹੇ ਕੇਸ ਪਬਲਿਕਲੀ ਇਸ ਚੀਜ਼ ਨੂੰ ਜਿਹੜਾ। ਇੱਥੇ ਇੱਕ ਤੁਹਾਨੂੰ ਪੂਰੀ ਤੰਤਰ ਦੇ ਵਿੱਚ ਕਮੀ ਲੱਗਦੀ, ਅਸੀਂ ਨਾਓ ਕੇਸ ਦੇਖਿਆ, ਅਸੀਂ ਕਠੂਆ ਕੇਸ ਦੇਖਿਆ, ਨਿਰਭਿਆ ਕੇਸ ਦਾ ਅਸੀਂ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ, ਹੁਣ ਇਹ ਰੇਪ ਕੇਸ ਤੁਹਾਡੇ ਸਾਹਮਣੇ ਹੈਗਾ, ਕੀ ਤੰਤਰ ਇੰਨੇ ਵਿਲ ਨਹੀਂ ਹੈ, ਵਿਲ ਪਾਵਰ ਨਹੀਂ ਹੈ ਕਿ ਇਹ ਇਸ ਤਰੀਕੇ ਨਾਲ ਫਾਸਟ ਕੋਰਟ ਟਰੈਕ ਕੋਰਟ ਜਿਹੜੇ ਹੈਗੇ ਆ ਉਹ ਬਣਨ, ਜਲਦੀ ਕਾਰਵਾਈ ਹੋਵੇ? ਦੇਖੋ ਇਹ ਗੱਲ ਹੈਗੀ ਆ, ਮੈਂ ਤੁਹਾਨੂੰ ਹੁਣ ਦੱਸਿਆ ਨਾ ਕਿ ਜੇ ਅਸੀਂ ਐਕਟ ਵੀ ਬਣਾਉਂਦੇ ਹਾਂ, ਕਾਨੂੰਨ ਵੀ ਬਣਾ ਲਿਆ, ਸਭ ਕੁਝ ਬਣਾ ਲਿਆ, ਮਗਰ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੈ ਠੀਕ ਤਰੀਕੇ ਦੇ ਨਾਲ। ਅਗਰ ਫਾਸਟ ਟਰੈਕ ਦਿੱਤੇ 2 ਸਾਲ 4 ਸਾਲ ਅੰਡਰ ਟਰਾਇਲ ਹੀ ਰਹਿ ਜਾਂਦੇ ਨੇ, ਔਰ ਜਦੋਂ ਅੰਡਰ ਟਰਾਇਲ ਇੰਨਾ ਰਹਿ, ਕਹਿੰਦੇ ਨੇ ਕਿ ਜਸਟਿਸ ਜਿਹੜਾ ਹੈਗਾ ਡਿਲੇਡ, ਦੈਟ ਇਜ਼ ਜਸਟਿਸ ਡਿਨਾਈਡ, ਉਸ ਦੇ ਅੰਦਰ ਜਿਹੜੀ ਹੈ ਇਹ ਗੱਲ ਨਹੀਂ ਹੋਣੀ ਚਾਹੀਦੀ। ਅਗਰ ਸਾਡਾ ਪ੍ਰਸ਼ਾਸਨ ਠੀਕ ਰਹੇ, ਅਗਰ ਲੋਅ ਮੇਕਰਸ ਜਿਹੜੇ ਨੇ ਉਸ ਨੂੰ ਇੰਪਲੀਮੈਂਟ ਠੀਕ ਕਰਨ, ਔਰ ਅਗਰ ਨੀਅਤ ਹੋਵੇ ਇਸ ਚੀਜ਼ ਦੇ ਲਈ, ਕਦੇ ਇਹੋ ਜਿਹੇ ਕੇਸ ਹੋ ਹੀ ਨਹੀਂ ਸਕਦੇ। ਤੁਸੀਂ ਜਿਸ ਚੇਅਰ 'ਤੇ ਬੈਠੇ ਹੋ ਅੱਜ, ਤੁਹਾਡੇ 'ਤੇ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ, ਪੰਜਾਬ ਸਰਕਾਰ ਤੱਕ ਅਜਿਹੀ ਕੋਈ ਕੋਰਟ ਜਾਂ ਅਜਿਹੀ ਕੋਈ ਸਖ਼ਤ ਕਾਨੂੰਨ ਜਾਂ ਅਜਿਹੀ ਕੋਈ ਡਾਇਰੈਕਸ਼ਨ ਪੁਲਿਸ ਨੂੰ ਦਿੱਤੀ ਹੋਵੇ ਕਿ ਨਹੀਂ ਮੈਂ ਆਪਣੇ ਸੂਬੇ ਦੇ ਵਿੱਚ ਅਜਿਹੀ ਕੋਈ ਘਟਨਾ ਜਾਂ ਕੋਈ ਛੇੜਛਾੜ ਦੀ ਘਟਨਾ ਬਰਦਾਸ਼ਤ ਨਹੀਂ ਕਰਾਂਗੇ? ਬਿਲਕੁਲ ਹੈ, ਇੱਦਾਂ ਹੈ ਕਿ ਦੇਖੋ ਜਿਹੜੇ ਐਕਟਸ ਹੁੰਦੇ, ਲੋਜ਼ ਹੁੰਦੇ ਨਾ, ਉਹ ਤਾਂ ਯੂਨੀਵਰਸਲੀ ਲਾਗੂ ਹੋਣਗੇ, ਸਾਡੇ ਪੂਰੇ ਕੰਟਰੀ 'ਚ ਲਾਗੂ ਹੋਣਗੇ ਉਹਦੇ। ਜਿੱਥੇ ਤੱਕ ਕਿ ਸਟੇਟ ਦਾ ਸਵਾਲ ਹੈਗਾ ਕਿ ਸੇਫਟੀ ਫੋਰ ਦਾ ਵਿਮਨ ਐਂਡ ਆਲ ਦੈਟ, ਸਟੇਟ ਦੇ ਅੰਦਰ ਡੈਫੀਨੇਟਲੀ ਜਿਹੜੇ ਹੈ, ਮੈਂ ਦੇਖਿਆ ਕਿ ਸਾਡੇ ਆਨਰੇਬਲ CM ਭਗਵੰਤ ਮਾਨ ਸਾਹਿਬ, ਉਹਨਾਂ ਨੇ ਪੁਲਿਸ ਨੂੰ ਬਹੁਤ ਹੀ ਸਟ੍ਰਿਕਟ ਇੰਸਟਰਕਸ਼ਨਸ ਨੇ, ਔਰ ਐਵਰੀਬਡੀ, ਚਾਹੇ ਕੰਮ ਵਾਲੀ ਜਗ੍ਹਾ ਹੈ ਕਿਤੇ, ਚਾਹੇ ਉਹ ਕਿਤੇ ਆਪਣੇ ਘਰ ਦੀ ਹੈ, ਕਿ ਇਹਨਾਂ ਨੂੰ ਫਾਸਟ ਟਰੈਕ 'ਤੇ ਰੱਖਾਂਗੇ। ਜਿੱਦਾਂ ਲੋਕ ਅਦਾਲਤ ਦੇ ਵਿੱਚ ਵੀ ਜਾਂਦੇ ਹਾਂ ਅਸੀਂ, ਕੇਸਿਸ ਦੀ ਸੁਣਵਾਈ ਪਹਿਲੇ ਆਧਾਰ 'ਤੇ ਹੋਏਗੀ, ਔਰ ਕੋਈ ਵੀ ਲੜਕੀ ਜਿਹੜੀ ਆ ਇਹ ਅਨਸੇਫ ਸਟੇਟ ਦੇ ਅੰਦਰ ਨਹੀਂ ਹੋਏਗੀ। ਲੇਕਿਨ ਹੁੰਦਾ ਕੀ ਹੈ ਕਿ ਕਈ ਵਾਰੀ ਕੇਸਿਸ ਇਹ ਹੋ ਜਾਂਦੇ ਨੇ, ਘਰ ਦੇ ਅੰਦਰ ਜਦੋਂ ਕਿਸੇ ਕੁੜੀ ਦਾ ਰੇਪ ਹੋ ਜਾਂਦਾ ਨਾ, ਕਈ ਵਾਰੀ ਸ਼ਰਮ ਦੇ ਮਾਰੇ ਹੀ ਬੰਦੇ ਬਾਹਰ ਨਹੀਂ ਆਉਂਦੇ, ਦੱਸਦੇ ਨਹੀਂ ਉਸ ਚੀਜ਼ ਨੂੰ, ਜਾਂ ਫਿਰ ਅਗਰ ਕੋਈ ਡਰੱਗ ਇਸ਼ੂ ਹੁੰਦਾ ਆ ਉਸ ਦੇ ਨਾਲ ਵੀ ਇਹੋ ਜਿਹੇ ਕੇਸ ਹੁੰਦੇ ਨੇ, ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ। ਇਸ ਦੇ ਲਈ ਪੁਲਿਸ ਪ੍ਰਸ਼ਾਸਨ ਆਪਣਾ ਪੂਰਾ ਕੰਮ ਕਰ ਰਹੀ ਹੈ,
ਮੈਨੂੰ ਨਹੀਂ ਲੱਗਦਾ ਕਿ ਮੈਨੂੰ ਜਿੱਥੇ ਵੀ ਪਤਾ ਲੱਗਦਾ ਕਿ ਜਦੋਂ ਤੋਂ ਮੈਂ ਆਫਿਸ ਆਈ ਹਾਂ, ਸੋ ਇਟਸ ਨੀਅਰਲੀ ਅਬਾਊਟ ਸੇ 4 months ਨਾਓ, ਮੋਰ ਦੈਨ ਲਿਟਲ 4 months, ਮੈਨੂੰ ਨਹੀਂ ਇਹੋ ਜਿਹਾ ਕੁਛ ਵੀ ਆਇਆ ਕਿ ਕਿਸੇ ਕੁੜੀ ਦਾ ਇੱਦਾਂ ਰੇਪ ਹੋਇਆ ਔਰ ਉਹਦੀ ਉਸ ਨੂੰ ਜਿਹੜੀ ਆ ਕਿ ਅਸੀਂ ਉਸਦੇ ਉੱਤੇ ਇਮੀਡੀਏਟ ਐਕਸ਼ਨ ਨਹੀਂ ਲਿਆ। ਮੇਰੇ ਉੱਤੇ ਥੋੜ੍ਹੇ ਦਿਨ ਪਹਿਲਾਂ ਹੀ ਮੇਰੇ ਇੱਕ ਧਿਆਨ 'ਚ ਕਿਸੇ ਨੇ ਲਿਆਇਆ ਸੀ ਕਿ ਇੱਕ ਔਰਤ ਹੈਗੀ ਆ ਜਿਹਦੀਆਂ ਕਿ 6 ਕੁੜੀਆਂ ਨੇ, ਇੱਕ ਉਸ ਪਿੰਡ ਦੇ ਮੁੰਡਿਆਂ ਨੇ ਉਸ ਨੂੰ ਸ਼ਰਾਰਤ ਕਰਕੇ ਉਸ ਲੜਕੀ ਦੇ ਨਾਲ ਉਹਨੂੰ ਚੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਉਹ ਮਾਂ ਨੇ ਬੜਾ ਲੜੀ ਉਹਦੇ ਨਾਲ, ਮੁੰਡਿਆਂ ਨੇ ਮਾਂ ਨੂੰ ਕੁੱਟਿਆ ਵੀ ਬਹੁਤ ਜ਼ਿਆਦਾ। ਮੈਨੂੰ ਕਿਸੇ ਰਿਪੋਰਟਰ ਨੇ ਉੱਥੋਂ ਫੋਨ ਕੀਤਾ ਕਿ ਦੇਖੋ ਮੈਡਮ ਇੱਥੇ ਆਹ ਹੋਇਆ ਅਤੇ ਪੁਲਿਸ ਪ੍ਰਸ਼ਾਸਨ ਜਿਹੜੀ ਹਾਲੇ ਢਿੱਲੀ ਹੈ, ਇਹ FIR ਨਹੀਂ ਕਰ ਰਹੀ ਹੈ। ਉਸੇ ਟਾਈਮ ਮੈਂ ਉਹਨਾਂ ਨਾਲ ਪੁਲਿਸ ਸਟੇਸ਼ਨ 'ਤੇ ਗੱਲ ਕਰਕੇ FIR ਵਾਸ ਰਜਿਸਟਰਡ ਵਿਦ ਇਨ ਫਿਊ ਆਵਰਸ ਐਂਡ ਦਾ FIR ਉਹਦੇ ਮੁੰਡਿਆਂ ਜਿਹੜੀ ਉਹਨਾਂ ਦੀ ਅਰੈਸਟ ਵੀ ਪਈ ਉਸ ਚੀਜ਼ ਦੇ ਉੱਤੇ। ਸੋ ਇਨ ਮਾਈ ਆਫਿਸ ਜਿਹਦੇ ਮੇਰੇ ਧਿਆਨ 'ਚ ਕੋਈ ਵੀ ਗੱਲ ਆਉਂਦੀ ਹੈ, ਧਿਆਨ ਆਵੇ ਨਾ ਆਵੇ, ਕਿਸੇ ਨੇ ਮੈਨੂੰ ਰਿਪੋਰਟ ਕੀਤੀ ਹੈ ਜਾਂ ਨਹੀਂ ਕੀਤੀ ਹੈ, ਅਗਰ ਮੈਂ ਪੜ੍ਹਦੀ ਵੀ ਹਾਂ ਦੇਖਦੀ ਵੀ ਹਾਂ, ਇਮੀਡੀਏਟ ਸੋਮੋਟੋ ਲੈ ਕੇ ਉਸ ਦੇ ਉੱਤੇ ਐਕਸ਼ਨ ਕੀਤਾ ਜਾਂਦਾ। ਮੈਮ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵੀ ਉਹ ਮੈਨ ਨੇ ਔਰ ਮੰਤਰੀ ਲਗਾਤਾਰ ਉਹ ਪਿਛਲੇ ਲੰਬੇ ਸਮੇਂ ਤੋਂ ਹੈਗੇ ਨੇ, ਜੇਕਰ ਇੱਕ ਔਰਤ ਦੇ ਰਾਜ ਦੇ ਵਿੱਚ ਔਰਤ ਸੁਰੱਖਿਅਤ ਨਹੀਂ ਹੈਗੀ ਤਾਂ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਮਤਲਬ ਜੇ ਮੈਂ ਵਾਰ ਤੁਹਾਡੀ ਵਾਪਸ ਉਸੇ ਚੇਅਰ ਦੀ ਜ਼ਿਕਰ ਕਰਾਂਗਾ, ਜੇ ਤੁਹਾਡੇ ਔਰਤਾਂ ਹੀ ਜੇ ਸੁਰੱਖਿਆ ਇਸ ਤਰੀਕੇ ਨਾਲ ਰਹਿਣਗੀਆਂ ਤਾਂ ਅੱਗੇ ਤੋਂ ਔਰਤਾਂ 'ਚ ਕਾਲਜ ਸਕੂਲ ਜਾਣ ਵਾਲੀਆਂ ਬੱਚੀਆਂ ਦੇ ਵਿੱਚ ਡਰ ਵਹਿਮ ਜਿਹੜਾ ਹੈਗਾ ਭੈ ਦਾ ਮਾਹੌਲ ਕਿਵੇਂ ਨਿਕਲੇਗਾ? ਦੇਖੋ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇਣੀ ਕਿ ਉੱਥੋਂ ਦੇ CM ਬਿਕੋਜ਼ ਇੱਕ ਔਰਤ ਨਹੀਂ ਕਰਕੇ, CM ਕੋਈ ਵੀ ਹੋ ਸਕਦਾ, ਚਾਹੇ ਔਰਤ ਹੈ ਚਾਹੇ ਕੋਈ ਵੀ ਮਰਦ ਹੈਗਾ, ਉਹਦੇ ਅੰਦਰ ਇਹਦਾ ਕੋਈ ਡਿਫਰੈਂਸ ਨਹੀਂ ਹੈ ਕਿ ਇੱਕ ਔਰਤ CM ਹੋਣ ਕਰਕੇ ਉੱਥੇ ਔਰਤ ਦਾ ਇੱਦਾਂ ਹੋ ਗਿਆ, ਇਹਦਾ ਕੋਈ ਡਿਫਰੈਂਸ ਨਹੀਂ ਇਸ ਚੀਜ਼ ਦਾ। CM ਕੋਈ ਵੀ ਹੋ ਸਕਦਾ ਐਂਡ ਨੋ ਪੋਲੀਟੀਕਲ ਸਟੇਟਮੈਂਟ ਔਨ ਦੈਟ, ਬਟ ਯੈਸ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਹੁੰਦੀਆਂ ਨੇ, ਜਿੱਦਾਂ ਚਾਹੇ ਕਿਤੇ ਵੀ ਹੋਵੇ, ਬੰਗਾਲ 'ਚ ਹੋਵੇ, ਪੰਜਾਬ 'ਚ ਹੋਵੇ ਜਾਂ UP 'ਚ ਹੋਵੇ, ਕਿਤੇ ਵੀ ਹੋਵੇ, ਲੜਕੀਆਂ ਦੀ ਸੇਫਟੀ ਸਿਕਿਉਰਿਟੀ ਪੂਰੀ ਹੋਣੀ ਚਾਹੀਦੀ ਆ। ਅਗਰ ਇੱਕ ਔਰਤ ਸੇਫ ਨਹੀਂ ਆ, ਇਹਦਾ ਮਤਲਬ ਇੱਕ ਘਰ ਸੇਫ ਨਹੀਂ ਆ, ਇੱਕ ਘਰ ਸੇਫ ਨਹੀਂ ਇਹਦਾ ਮਤਲਬ ਤੁਹਾਡਾ ਸਮਾਜ ਸੇਫ ਨਹੀਂ ਆ। ਇਹਦੇ ਉੱਤੇ ਜਿਹੜੇ ਲਾਜ਼ ਨੇ ਉਹ ਸਟ੍ਰਿਕਟ ਆਉਣੇ ਚਾਹੀਦੇ ਔਰ ਜਿਹੜੀ ਪਨਿਸ਼ਮੈਂਟ ਹੈ ਮੇਰੇ ਅਕੋਰਡਿੰਗਲੀ ਇਹ ਪਬਲਿਕਲੀ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਔਰ ਡੈਟਰੈਂਟ ਹੁੰਦਾ ਇਸ ਚੀਜ਼ ਦਾ। ਕੱਲ੍ਹ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਔਰ DY ਚੰਦਰਚੂੜ ਸਿੰਘ ਸਾਡੇ ਚੀਫ ਜਸਟਿਸ ਇੰਡੀਆ, ਉਹਨਾਂ ਨੇ ਕਿਹਾ ਕਿ ਕਾਨੂੰਨ ਢਿੱਲੇ ਨੇ, 3 ਸਾਲ ਦੀ ਸਜ਼ਾ ਦਾ ਪ੍ਰਬੰਧ ਹੈਗਾ, ਕਾਨੂੰਨ ਸਖ਼ਤ ਹੋਣੇ ਚਾਹੀਦੇ ਨੇ ਜੀ। ਆਈ ਐਗਰੀ ਵਿਦ ਟੋਟਲੀ, ਕਾਨੂੰਨ ਸਖ਼ਤ ਹੋਣੇ ਚਾਹੀਦੇ ਨੇ ਔਰ ਇਸ ਚੀਜ਼ ਦੇ ਅੰਦਰ ਅਗਰ ਜਿੱਦਾਂ ਨਵੇਂ ਆਪਣੇ ਕਾਨੂੰਨ ਸ਼ੋਧ ਵੀ ਹੋਈ ਹੈਗੀ ਹੈ ਕਿ ਜਿਹੜੀ ਹੈ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਗਰ ਕਿਸੇ ਨੇ ਇਸ ਤਰੀਕੇ ਦੇ ਨਾਲ ਕੋਈ ਰੇਪ ਕੀਤਾ, ਬਰੂਟੈਲਿਟੀ ਦੇਖੋ, ਇੱਕ ਤਾਂ ਹੁੰਦਾ ਇੱਕ ਚੀਜ਼ ਹੁੰਦੀ ਹੈ ਕਿ ਉਸ ਬੰਦੇ ਨੇ ਐਸੀ ਐਬਰੇਟਡ ਹਾਲਤ ਦੇ ਵਿੱਚ ਇੱਕ ਰੇਪ ਕੀਤਾ ਗਿਆ, ਉਹਨੂੰ ਨਹੀਂ ਸੀ ਪਤਾ, ਉਹਨੂੰ ਦੁੱਖ ਹੈ ਇਸ ਚੀਜ਼ ਦਾ, ਉਹਨੂੰ ਇਸ ਚੀਜ਼ ਦਾ ਬੜਾ ਮਲਾਨ ਹੈ ਕਿ ਮੈਂ ਇਹ ਕੰਮ ਕੀਤਾ। ਇੱਕ ਹੈ ਬਰੂਟੈਲਿਟੀ ਦੇਖੋ ਤੁਸੀਂ, ਨੇਚਰ ਆਫ ਦਾ ਕ੍ਰਾਈਮ ਦੇਖੋ ਤੁਸੀਂ ਕਿੰਨਾ, ਇਹ ਤਾਂ ਬਿਲਕੁਲ ਇਹਦੇ ਨਾਲ ਇੰਨੇ ਸਖ਼ਤ ਹੋਣਾ ਚਾਹੀਦਾ ਕਿ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਕਿ ਟ੍ਰਾਇਲ ਵੀ ਜਿਹੜਾ ਨਹੀਂ ਹੋਣਾ ਚਾਹੀਦਾ, ਜੱਜ ਸ਼ੁੱਡ ਦਾ ਕੋਰਟ ਸ਼ੁੱਡ ਟੇਕ ਅ ਕੋਨਸੀਕੁਐਂਸ ਆਫ ਇਟ ਐਂਡ ਉਸ ਚੀਜ਼ ਨੂੰ ਪਬਲਿਕਲੀ ਹੈਂਗ ਕਰਨਾ ਚਾਹੀਦਾ ਉਸ ਬੰਦੇ ਨੂੰ। ਇਹੀ ਤਾਂ ਤੁਹਾਨੂੰ ਜਦੋਂ ਤੁਸੀਂ ਕੋਈ ਐਗਜ਼ਾਮਪਲ ਸੈੱਟ ਕਰਦੇ ਹੋ ਨਾ, ਫਿਰ ਡੈਟਰੈਂਟ ਬਹੁਤ ਜ਼ਿਆਦਾ ਆਉਂਦਾ। ਕੋਈ ਰਿਕਮੈਂਡੇਸ਼ਨ ਹੈ ਮੈਮ ਤੁਹਾਡੇ ਵੱਲੋਂ? ਮਾਈ ਰਿਕਮੈਂਡੇਸ਼ਨ ਇਸ ਕਿ ਜਿੱਦਾਂ ਤੁਸੀਂ ਕਿਹਾ ਕਿ ਕਾਨੂੰਨ ਸਖ਼ਤ ਹੋਣੇ ਚਾਹੀਦੇ ਨੇ, ਨਿਰਭਯਾ ਐਕਟ ਉਸੇ ਟਾਈਮ ਲਾਗੂ ਕਰ ਦੇਣਾ ਚਾਹੀਦਾ, ਨਾ ਕਿ ਇਨਕੁਆਇਰੀ ਚੱਲਦੀ ਰਹਿੰਦੀ ਹੈ, ਬਹੁਤ ਡਿਲੇ ਹੋ ਜਾਂਦਾ ਉਸ ਚੀਜ਼ ਦੇ ਲਈ। ਫਿਰ ਉਹਦੇ 'ਚ ਹੁਣ ਜਿਵੇਂ ਇਸ ਕੇਸ ਦੇ ਅੰਦਰ ਵੀ ਪਹਿਲਾਂ ਤੁਸੀਂ ਪੋਸਟਮਾਰਟਮ ਕਰਾਇਆ, ਬਾਅਦ 'ਚੋਂ FIR ਹੋਈ ਹੈ, ਰਾਈਟ? ਤਾਂ ਇਸ ਚੀਜ਼ ਦੇ ਅੰਦਰ ਜਿਹੜੀ ਆ ਇਹ ਜਿਹੜੇ ਜੋ ਮਤਲਬ ਕਿ ਕਰਕੇ ਗਿਆ, ਇਹੋ ਜਿਹਾ ਐਕਟ ਕਰਕੇ ਗਿਆ, ਉਹ ਖੁੱਲ੍ਹੇਆਮ ਫਿਰਦਾ ਸੀਗਾ, ਉਹ ਥੋੜ੍ਹੀ ਦੇਰ ਬਾਅਦ ਉਹਨੂੰ ਫੜ ਲਿਆ ਗਿਆ ਆ, ਉਸ ਤੋਂ ਬਾਅਦ ਬਾਕੀ ਕਾਰਵਾਈ ਸ਼ੁਰੂ ਹੋਈ ਆ, ਔਰ ਜਿਸ ਤਰੀਕੇ ਨਾਲ ਡਿਲੇ ਵੀ ਹੋਇਆ ਇਸ ਚੀਜ਼ ਦੇ ਅੰਦਰ, ਦੈਟਸ ਨੋਟ ਐਕਸੈਪਟੇਬਲ। ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਇਸ ਕੇਸ ਤੋਂ ਬਾਅਦ? ਐਗਜ਼ਾਮਪਲ ਸੈੱਟ ਤਾਂ ਨਿਰਭਯਾ ਕੇਸ ਤੋਂ ਵੀ ਹੋਣੀ ਚਾਹੀਦੀ ਸੀਗੀ,
ਜਦੋਂ ਨਿਰਭੈ ਹੈ ਕਮੀ ਹੈ ਫਿਰ ਮੈਮ ਕਮੀ ਬਿਲ ਮੈਂ ਤੁਹਾਨੂੰ ਦੱਸ ਰਹੀ ਹਾਂ ਕਮੀ ਹੈ ਆਪਣੇ ਕਾਨੂੰਨ ਨੂੰ ਲਾਗੂ ਕਰਨ ਦੇ ਅੰਦਰ ਅਗਰ ਸਾਡੀ ਕਾਰਵਾਈ ਪੁਲਿਸ ਦੀ ਉਸੇ ਟਾਈਮ ਬਣਦੀ ਆ ਉਹ ਉਸੇ ਟਾਈਮ ਕਾਰਵਾਈ ਕਰਨੀ ਚਾਹੀਦੀ ਸੀ ਨਾ ਕਿ ਉਸ ਚੀਜ਼ ਨੂੰ ਲੇਪਾ ਪੋਤੀ ਕਰਕੇ ਉਸ ਚੀਜ਼ ਨੂੰ ਖਤਮ ਕਰਨਾ ਚਾਹੀਦਾ ਹੈ ਤੁਸੀਂ ਇਸ ਲਈ ਕੋਸ਼ਿਸ਼ ਕਰ ਰਹੇ ਹੋ ਬਿਲਕੁਲ ਕਰ ਰਹੇ ਹਾਂ ਬਿਲਕੁਲ ਕਰ ਰਹੇ ਹਾਂ ਔਰ ਜਿੱਦਾਂ ਹੁਣ ਕਿ ਸਾਡੇ ਜਿੱਦਾਂ ਮੈਂ ਆਪਣਾ ਆਪਣੇ ਆਫਿਸ ਦੀ ਤਰਫ ਤੋਂ ਅਵੇਅਰਨੈਸ ਪ੍ਰੋਗਰਾਮਸ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਅਲੱਗ ਅਲੱਗ ਡਿਸਟ੍ਰਿਕਟਸ ਦੇ ਅੰਦਰ ਜਾ ਕੇ ਔਰ ਵਿਮਨ ਨੂੰ ਉਹਨਾਂ ਦੇ ਰਾਈਟਸ ਦੇ ਬਾਰੇ ਵੀ ਵਿਮਨ ਦੀ ਸੇਫਟੀ ਬਾਰੇ ਵੀ ਔਰ ਜਿੱਥੇ ਲੜਕੀਆਂ ਇਸ ਟਾਈਮ ਕੰਮ ਕਰ ਰਹੀਆਂ ਨੇ ਆਫਿਸ ਦੇ ਅੰਦਰ ਮੇਰੇ ਕੋਲ ਬੜੇ ਕੇਸਿਸ ਐਸੇ ਆਏ ਨੇ ਕਿ ਜਿਹੜੇ ਕਹਿੰਦੇ ਕਿ ਸਾਨੂੰ ਸੈਕਸ਼ੂਅਲ ਹੈਰਸਮੈਂਟ ਐਟ ਦਾ ਵਰਕ ਹੈ ਠੀਕ ਹੈ ਉੱਥੇ ਜਿਹੜੇ ਨੇ ਹਰ ਇੱਕ ਕਾਰਪੋਰੇਟ ਲਗਾ ਲਓ ਕੋਈ ਵੀ ਕੰਪਨੀ ਲਗਾ ਲਓ ਉੱਥੇ ਇੱਕ ਕਮੇਟੀ ਬਣੀ ਹੁੰਦੀ ਹੈ ਐਚ ਆਰ ਡਿਪਾਰਟਮੈਂਟ ਦੇ ਅੰਦਰ ਫੋਰ ਦੈਟ ਗ੍ਰੀਵੈਂਸਿਸ ਜਿਹੜੇ ਵੀ ਅਗਰ ਸੈਕਸ਼ੂਅਲ ਹੈਰਸਮੈਂਟ ਹੁੰਦੀ ਹੈ ਕਿਸੇ ਦੀ ਪਰ ਸਭ ਦੇ 'ਚ ਹੈ ਨਹੀਂ ਹੈ ਓਕੇ ਅਸੀਂ ਉਹ ਵੀ ਡਾਟਾ ਲੈ ਰਹੇ ਹਾਂ ਮੈਂ ਉਹ ਵੀ ਦੇਖ ਰਹੀ ਹਾਂ ਕਿ ਕਿਹੜੇ 'ਚ ਹੈ ਕਿਹੜੇ 'ਚ ਨਹੀਂ ਆ ਔਰ ਇਸ ਚੀਜ਼ ਨੂੰ ਇੰਪਲੀਮੈਂਟ ਬਹੁਤ ਜਲਦੀ ਕਰਨਾ ਚਾਹੀਦਾ ਜ਼ਰੂਰੀ ਹੈ ਇਸ ਚੀਜ਼ ਨੂੰ ਅਗਰ ਕਿਸੇ ਦੀ ਨਹੀਂ ਹੈ ਅਗਰ ਕਿ ਨਹੀਂ ਹੈ ਉਹਨਾਂ ਦੇ ਅੰਦਰ ਕਰਨ ਦੇ ਲਈ ਔਰ ਮੈਨੂੰ ਇੱਕ ਚੀਜ਼ ਹੋਰ ਵੀ ਲੱਗਦੀ ਹੈ ਜਿਹੜੀ ਉਹ ਕਮੇਟੀ ਬਣਦੀ ਹੈ ਕਿ ਗ੍ਰੀਵੈਂਸਿਸ ਦੇ ਲਈ ਉਹਦੇ ਅੰਦਰ ਆਪਣੀ ਆਫਿਸ ਦੇ ਬੰਦੇ ਨੇ ਸਾਰੇ ਬਿਲਕੁਲ ਹੈ ਨਾ ਅਤੇ ਉਹ ਕਵਰ ਅਪ ਵੀ ਬੜੀ ਛੇਤੀ ਹੋ ਜਾਂਦਾ ਕਈ ਵਾਰੀ ਉਸ ਚੀਜ਼ ਦੇ ਅੰਦਰ ਮੈਨੂੰ ਲੱਗਦਾ ਕਿ ਇਸ ਕਮੇਟੀ ਦੇ ਅੰਦਰ ਨੋਟ ਓਨਲੀ ਇੰਟਰਨਲ ਹੋਣੀ ਚਾਹੀਦੀ ਹੈ ਕੋਈ ਵੀ ਐਕਸਟਰਨਲ ਲਾਅ ਦੇ ਰਿਲੇਟਡ ਜੋ ਵੀ ਉਹ ਡਿਸਾਈਡ ਕਰਦੇ ਨੇ ਉਸ ਦੇ ਅੰਦਰ ਦੋ ਬੰਦੇ ਜ਼ਰੂਰ ਬਾਹਰ ਦੇ ਹੋਣੇ ਚਾਹੀਦੇ ਇਸ ਦੇ ਅੰਦਰ ਤਾਂ ਕਿ ਜਿਹੜੀ ਹੈ ਇਹ ਇੱਕ ਤਰਫਾ ਜਾਂ ਡਿਸੀਜਨ ਨਹੀਂ ਹੋਣਾ ਚਾਹੀਦਾ ਉਸਦਾ ਉਸ ਚੀਜ਼ ਨੂੰ ਬੜੀ ਫੇਅਰ ਐਂਡ ਸਕੁਏਅਰ ਦੇਖ ਕੇ ਇਹ ਹੋਣਾ ਚਾਹੀਦਾ ਹੈ ਦੈਨ ਸੈਕਿੰਡ ਹੈਗਾ ਗਰਲਸ ਨੂੰ ਆਪਣਾ ਰਾਈਟ ਪਤਾ ਹੋਣਾ ਚਾਹੀਦਾ ਕਿ ਅਗਰ ਕਿਸੇ ਨੇ ਮੇਰੇ ਨਾਲ ਛੇੜਛਾੜ ਨਹੀਂ ਕੀਤੀ ਹੈ ਸ਼ਿਕਾਇਤ ਉਦੋਂ ਹੀ ਲੱਗ ਜਾਣੀ ਚਾਹੀਦੀ ਹੈ ਨਾ ਕਿ ਅੱਜ ਕਿਸੇ ਨੇ ਛੇੜਛਾੜ ਨਹੀਂ ਕੀਤੀ ਹੈ ਅਤੇ ਉਹਨੂੰ ਮੈਂ ਇਗਨੋਰ ਕੀਤਾ ਮਗਰ 10 ਦਿਨਾਂ ਬਾਅਦ ਉਹਨੇ ਐਕਟ ਕਰ ਲਿਆ ਇਹ ਜੀ ਕੋਈ ਘਟਨਾ ਵਾਪਰ ਜਾਂਦੀ ਆ ਕੋਈ ਇਮੀਡੀਏਟਲੀ ਚਾਹੁੰਦੇ ਕਿ ਮੇਰੀ ਕੋਈ ਸ਼ਿਕਾਇਤ ਦਰਜ ਹੋਵੇ ਕੋਈ ਕੰਪਲੇਂਟ 'ਤੇ ਕੋਈ ਮੇਰੇ 'ਤੇ ਐਕਸ਼ਨ ਹੋਵੇ ਕੋਈ ਕੋਈ ਤੁਹਾਡਾ ਕੋਈ ਨੰਬਰ ਟੋਲ ਫਰੀ ਨੰਬਰ ਤੁਸੀਂ ਆਪਣੇ ਵੱਲੋਂ ਕਮਿਸ਼ਨ ਵੱਲੋਂ ਜਾਰੀ ਕੀਤਾ ਹੋਵੇ ਲੋਕਾਂ ਨੂੰ ਥਾਣੇ ਜਾਂਦੇ ਖੱਜਲ ਖੁਆਰੀ ਬਹੁਤ ਹੈ ਥਾਣੇ ਵਾਲੇ ਪਹਿਲਾਂ ਤੁਸੀਂ 10 ਸਵਾਲ ਕਰ ਦਿੰਦੇ ਆ ਕਿ ਇਹਦੀ ਹਿੰਮਤ ਨਹੀਂ ਪੈਂਦੀ ਥਾਣੇ ਜਾ ਕੇ ਗੱਲਬਾਤ ਕਰੇ ਨਹੀਂ ਆਈ ਐਗਰੀ ਵਿਦ ਯੂ ਮਗਰ ਪੁਲਿਸ ਹੈਲਪਲਾਈਨ 'ਤੇ ਹੈ ਹੀ ਨਾ ਇਮੀਡੀਏਟ ਹੈਲਪਲਾਈਨ ਉਹੀ ਹੁੰਦੀ ਹੈ ਸੈਕਿੰਡਲੀ ਸੀ ਕਿ ਮੇਰੇ ਕਮਿਸ਼ਨ ਦੇ ਮੈਂ ਅੱਜ ਭਰੋਸਾ ਨਹੀਂ ਨਾ ਪੁਲਿਸ 'ਤੇ ਕਿਹਨੂੰ ਭਰੋਸਾ ਨਹੀਂ ਐਸਾ ਗੱਲ ਤਾਂ ਨਹੀਂ ਹੈਗੀ ਕਿ ਆਈ ਡੋਂਟ ਸੇ ਕਿ ਪੁਲਿਸ 'ਤੇ ਤਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਯੈਸ ਪੁਲਿਸ ਦੇ ਅੰਦਰ ਡਿਲੇ ਵੀ ਹੋ ਸਕਦਾ ਕਈ ਵਾਰੀ ਉਸ ਨੂੰ ਇਗਨੋਰ ਵੀ ਕਰ ਸਕਦੇ ਨੇ ਉਸ ਚੀਜ਼ ਨੂੰ ਤਾਂ ਮਗਰ ਇਹ ਨਹੀਂ ਹੈ ਕਿ ਹਰ ਕੋਈ ਹੈ ਕੋਈ ਨਾ ਕੋਈ ਇੰਸੀਡੈਂਟ ਦੇ ਅੰਦਰ ਡੈਫੀਨੇਟਲੀ ਪੁਲਿਸ ਦੀ ਜਿਹੜੀ ਰੋਲ ਹੈਗਾ ਉਹ ਕੁਐਸਚਨ ਮਾਰਕ ਹੈ ਉਸ ਦੇ ਉੱਤੇ ਲੇਕਿਨ ਇਹ ਮੇਰਾ ਕਹਿਣ ਦਾ ਮਤਲਬ ਹੈ ਕਿ ਇਮੀਡੀਏਟ ਡਾਇਲ ਕਰੋ ਤੁਸੀਂ ਪੁਲਿਸ ਨੂੰ 112 ਦੇ ਉੱਤੇ ਤੁਸੀਂ ਡਾਇਲ ਕਰਦੇ ਹੋ ਹੈਲਪ ਦੇ ਲਈ ਦੈਨ ਸੈਕਿੰਡ ਸਾਡੇ ਕਮਿਸ਼ਨ ਦੇ ਨੰਬਰ ਇਮੀਡੀਏਟਲੀ ਅਵੇਲੇਬਲ ਨੇ ਮੇਰਾ ਪਰਸਨਲ ਨੰਬਰ ਵੀ ਫਲੈਸ਼ ਹੈਗਾ ਈਵਨ ਔਨ ਦਾ ਫੇਸਬੁੱਕ ਆਲਸੋ ਔਨ ਆਰ ਕਮਿਸ਼ਨ ਪੇਜ ਆਲਸੋ ਇਮੀਡੀਏਟਲੀ ਮੈਨੂੰ ਫੋਨ ਕਰੋ ਚਾਹੇ ਉਹ ਰਾਤ ਹੈ ਚਾਹੇ ਦਿਨ ਹੈ ਚਾਹੇ ਸਵੇਰ ਆਈ ਵਿਲ ਟੇਕ ਇਮੀਡੀਏਟ ਐਕਸ਼ਨ ਔਨ ਦਿਸ ਖੁਦ ਫੋਨ ਉਠਾਉਣੇ ਹੋ ਜੀ ਐਬਸੋਲੂਟਲੀ ਮੇਰਾ ਫੋਨ ਮੈਂ ਖੁਦ ਚੱਕਦੀ ਹਾਂ ਮੇਰਾ ਫੋਨ ਕਦੇ ਮੇਰਾ ਪੀਏ ਨਹੀਂ ਚੁੱਕਦਾ ਮੇਰਾ ਹੋਰ ਕੋਈ ਅਸਿਸਟੈਂਟ ਨਹੀਂ ਚੁੱਕਦਾ ਮੈਮ ਜਿਹੜੀ ਇਹ ਘਟਨਾ ਹੋਈ ਇਸ ਤੋਂ ਬਾਅਦ ਤੁਸੀਂ ਕਿਹਾ ਕਿ ਅਨਟਾਇਰਲੀ ਜਿਹੜਾ ਹੈਗਾ ਨਿਰਭਿਆ ਕੇਸ ਤੋਂ ਬਾਅਦ ਜਿਹੜੀ ਅਮੈਂਡਮੈਂਟ ਹੋਈ ਜਾਂ ਉਹਨੂੰ ਇੰਪਲੀਮੈਂਟ ਕਰਨ 'ਤੇ ਦੇਰੀ ਹੋਈ ਆ ਕੋਈ ਕੋਸ਼ਿਸ਼ ਕਰੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੈਂਟਰਲ ਮਿਨਿਸਟਰੀ ਨੂੰ ਮਿਲ ਕੇ ਜਾਂ ਯੈਸ ਡੈਫੀਨੇਟਲੀ ਮੈਂ ਆਪਣੀ ਕਮਿਸ਼ਨ ਦੇ ਅੰਦਰ ਜਿੰਨੇ ਵੀ ਕੇਸਿਸ ਆਉਂਦੇ ਨੇ ਜਾਂ ਇਸ ਤਰ੍ਹਾਂ ਦੇ ਨੇਚਰ ਦੇ ਕੇਸ ਆਉਂਦੇ ਨੇ ਇਹਦੇ ਉੱਤੇ ਜਿੱਦਾਂ ਸਾਡੇ ਲਿਵਿੰਗ ਰਿਲੇਸ਼ਨਸ਼ਿਪ ਅੱਜ ਕੱਲ੍ਹ ਜਿਹੜਾ ਨਵਾਂ ਬਣਿਆ ਹੋਇਆ ਇਸ ਦੇ ਉੱਤੇ ਵੀ ਅਸੀਂ ਇੱਕ ਪੇਪਰ ਲਿਖ ਰਹੇ ਆਈ ਐਮ ਗੋਇੰਗ ਟੂ ਡੈਫੀਨੇਟਲੀ PIL ਅਸੀਂ ਪਾਵਾਂਗੇ ਇਹਦੇ ਅਮੈਂਡਮੈਂਟ ਦੇ ਲਈ ਵੀ ਆਪਣੀ ਸੁਜੈਸ਼ਨ ਦੇਵਾਂਗੇ ਔਰ ਇਸ ਮਤਲਬ ਦ ਹੋਲ ਥਿੰਗ ਮੈਂ ਜ਼ਰੂਰ ਡੈਫੀਨੇਟਲੀ ਉਸ ਉੱਤੇ ਪੇਪਰ ਵੀ ਪਾਵਾਂਗੀ CM ਸਾਹਿਬ ਨੂੰ ਵੀ ਲਿਖਾਂਗੀ ਸੈਂਟਰ ਨੂੰ ਵੀ ਲਿਖਾਂਗੀ ਵੀ ਆਰ ਗੋਇੰਗ ਟੂ ਟੇਕ ਦਿਸ ਐਕਸ਼ਨ ਕੱਲ੍ਹ ਤੁਸੀਂ ਲੁਧਿਆਣਾ ਦੌਰੇ 'ਤੇ ਰਹੇ ਔਰ ਲਗਾਤਾਰ ਤੁਸੀਂ ਵਿਜ਼ਿਟ ਕਰਦੇ ਹੋ
ਕੋਈ ਸਕੂਲਾਂ ਕਾਲਜਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਹੈ ਕਿ ਕੋਈ ਅਵੇਅਰਨੈਸ ਰੱਖ ਕੇ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ? ਜਿਹੜੀ ਜਿੱਥੇ ਤੱਕ ਕਿ ਜੇਲ੍ਹਾਂ ਦਾ ਸਵਾਲ ਹੈ, ਉਹ ਮੇਰੇ ਜੇਲ੍ਹਾਂ ਦਾ ਦੌਰਾ ਇਸੇ ਕਰਕੇ ਸੀ ਕਿ ਜਿਹੜੇ ਇਨਮੇਟਸ ਨੇ ਉੱਥੇ, ਉਹਨਾਂ ਦੇ ਰਾਈਟਸ ਉਹਨਾਂ ਨੂੰ ਪੂਰੇ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਉਹਨਾਂ ਦੀ ਮੈਡੀਕਲ ਹੈਲਪ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ, ਜਿਹੜੇ ਅੰਡਰ ਟ੍ਰਾਇਲ ਕੇਸਿਸ ਨੇ ਜਿਹੜੇ ਕਿ 4-4, 5-5 ਸਾਲ ਤੋਂ ਉਹ ਫਾਸਟ ਟਰੈਕ 'ਤੇ ਹੈ ਕਿ ਨਹੀਂ ਹੈਗੇ ਨੇ, ਆਲ ਦੈਟ ਡਾਟਾ ਲੈ ਕੇ ਉਹਨਾਂ ਨੂੰ ਇਨਮੇਟਸ ਨੂੰ ਇੱਕ ਇਨਮੇਟ ਮੈਂ ਖੁਦ ਮਿਲ ਕੇ ਆਈ ਹਾਂ ਜਾ ਕੇ ਪ੍ਰਸ਼ਾਸਨ ਨੂੰ ਮੈਂ ਕਹਿ ਦਿੱਤਾ ਸੀ ਉਸ ਟਾਈਮ 'ਤੇ ਕਿ ਤੁਸੀਂ ਸਾਰੇ ਦੂਰ ਹੋ ਜਾਓ, ਮੈਂ ਇਹਨਾਂ ਨੂੰ ਇਕੱਲੇ ਮਿਲਣਾ। ਕਈ ਵਾਰੀ ਹੁੰਦਾ ਕਿ ਬੰਦਾ ਡਰਦੇ ਮਾਰੇ ਜਾਂ ਕਿਸੇ ਦਬਾਅ ਦੇ ਥੱਲੇ ਨਹੀਂ ਦੱਸਦਾ ਉਹ ਕਿਸੇ। ਹੁਣ ਅਸੀਂ ਜਿਹੜੇ ਆ ਪ੍ਰੋਗਰਾਮ ਬਣਾ ਰਹੇ ਹਾਂ, ਆਲਰੇਡੀ ਚੌਕਆਊਟ ਹੋ ਚੁੱਕੇ ਨੇ ਡਿਸਟ੍ਰਿਕਟ ਵਾਈਜ਼, ਅਸੀਂ ਸਾਰਾ ਅਵੇਅਰਨੈਸ ਪ੍ਰੋਗਰਾਮ ਇਨ ਯੂਨੀਵਰਸਿਟੀਜ਼ ਔਰ ਐਨ ਜੀ ਓਜ਼ ਦੀ ਹੈਲਪ ਲੈ ਕੇ ਜਿੱਥੇ ਜਿੱਥੇ ਅਸੀਂ ਲੇਡੀਜ਼ ਦੇ ਲਈ ਜਾ ਕੇ ਹੈਲਪ ਦੇ ਸਕਦੇ ਹਾਂ, ਬਰੋਸ਼ਰ ਦੇਵਾਂਗੇ ਕਿ ਤੁਹਾਡੇ ਇਹ ਰਾਈਟਸ ਨੇ, ਇਹ ਨੰਬਰਸ ਨੇ, ਇੱਥੇ ਕਾਲ ਕਰਨਾ ਅਗਰ ਕਿਤੇ ਕੋਈ ਵੀ ਗੜਬੜ ਹੁੰਦੀ ਹੈ, ਇਮੀਡੀਏਟ ਕਾਲ ਨਹੀਂ ਹੁੰਦਾ। ਮੈਮ ਤੁਸੀਂ ਮੋਹਾਲੀ ਦੇ ਵਿੱਚ ਬੈਠਦੇ ਹੋ ਔਰ ਮੋਹਾਲੀ, ਖਰੜ ਜਾਂ ਚੰਡੀਗੜ੍ਹ ਦਾ ਜੀਰਕਪੁਰ ਏਰੀਆ, ਬਹੁਤ ਸਾਰੇ ਸਾਡੇ ਪੰਜਾਬ ਤੋਂ ਕੁੜੀਆਂ ਆ ਕੇ ਇੱਥੇ ਜੋਬ ਕਰਦੀਆਂ ਨੇ ਜਾਂ ਪੜ੍ਹਦੀਆਂ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ, ਜਿਹੜੇ ਬਹੁਤ ਸਾਰੇ ਪੀ ਜੀ ਦੇ ਵਿੱਚ ਰਹਿੰਦੇ ਨੇ, ਇਕੱਲੀਆਂ ਜਿਹੜੀਆਂ ਵੂਮਨ ਕਮਾਉਣ ਵਾਲੀਆਂ ਇੱਥੇ ਰਹਿੰਦੀਆਂ ਨੇ, ਕਿਸ ਤਰੀਕੇ ਨਾਲ ਉਹਨਾਂ ਤੱਕ ਅਪਰੋਚ ਤੁਹਾਡੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਕੂਲ ਕਾਲਜਾਂ ਤੱਕ ਵੀ ਬੜੇ ਬੱਚੇ ਜਿਹੜੇ ਹੈਗੇ ਨੇ? ਦੇਖੋ ਗੱਲ ਇਹ ਕਿ ਮੈਂ ਹਮੇਸ਼ਾ ਆਪਣਾ, ਮੈਂ ਹੁਣ ਆਪਣਾ ਪ੍ਰੋਗਰਾਮਿੰਗ ਸ਼ੁਰੂ ਕੀਤਾ ਕਿ ਵੀਕਲੀ ਮੈਂ ਐਡਰੈਸ ਕਰਦੀ ਹਾਂ, ਲਾਈਵ ਐਡਰੈਸ ਵੀ ਕਰਦੀ ਇੱਕ ਇੱਕ ਪ੍ਰੋਬਲਮ ਨੂੰ ਲੈ ਕੇ, ਐਲਡਰਸ ਦੀ ਪ੍ਰੋਬਲਮ ਉਹਨੇ ਡਿਸਕਸ ਕੀਤੀ ਹੈ। ਸੈਕਿੰਡ ਇਜ਼, ਜਿਹੜੀਆਂ ਪੀ ਜੀ ਕੁੜੀਆਂ ਬਾਹਰ ਆ ਕੇ ਰਹਿੰਦੀਆਂ ਨੇ, ਉਹਨਾਂ ਦੀ ਇੱਕ ਨਾ ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਉਹ ਥੋੜ੍ਹੇ ਜਿਹੇ, ਕਈ ਵਾਰੀ ਬੱਚੇ ਪਿੰਡਾਂ ਤੋਂ ਆ ਕੇ ਆਉਂਦੇ ਨੇ, ਉਹ ਸਡਨਲੀ ਇੱਕ ਕਲਚਰ ਦੇਖਦੇ ਨੇ ਕਿ ਸੋਸ਼ਲੀ ਉਹਦੇ ਫਲੋ ਦੇ ਚਲੇ ਜਾਂਦੇ ਨੇ, ਕਿਤੇ ਗਲਤ ਕਦੇ ਕਿਸੇ ਲੜਕੇ ਨਾਲ ਦੋਸਤੀ ਹੋ ਜਾਂਦੀ ਹੈ, ਗਲਤ ਰਿਲੇਸ਼ਨ ਬਣ ਜਾਂਦੇ ਨੇ ਕਿਸੇ ਤਰੀਕੇ ਦੇ ਨਾਲ, ਫਿਰ ਉਹ ਮੇਰੇ ਕੋਲ ਕਮਿਸ਼ਨ ਚਾਹੁੰਦੇ ਕਿ ਜੀ ਸਾਡਾ ਉਹ ਲੜਕੇ ਨੇ ਆਹ ਫੋਟੋਆਂ ਖਿੱਚ ਲਈਆਂ, ਇਹ ਕਰ ਰਿਹਾ, ਉਹ ਇੰਟਰਨੈਟ 'ਤੇ ਪਾ ਰਿਹਾ, ਕੁਛ ਕਰ ਰਿਹਾ, ਵੀ ਟੇਕ ਕੇਅਰ, ਸਾਈਬਰ ਕ੍ਰਾਈਮ ਨੂੰ ਲਿਖ ਕੇ ਕਰਕੇ ਉਸ ਲੜਕੇ ਨੂੰ ਬੁਲਾ ਕੇ ਵਾਰਨਿੰਗ ਵੀ ਹੈ ਅਤੇ ਐਪਰੀਹੈਂਡ ਵੀ ਹੁੰਦਾ ਉਹ ਲੜਕਾ ਕਿ ਇਸ ਤਰੀਕੇ ਦੇ ਨਾਲ ਉਹ ਕੋਈ ਗਲਤ ਕੰਮ ਨਹੀਂ ਕਰ ਸਕਦੇ। ਬਟ ਲੜਕੀਆਂ ਨੂੰ ਵੀ ਉਸੇ ਟਾਈਮ ਦੇ ਉੱਤੇ ਐਡਵਾਈਸ ਹੈ ਕਿ ਤੁਸੀਂ ਆਪਣੀ ਮੋਰਲ ਰਿਸਪੋਂਸੀਬਿਲਟੀ ਖੁਦ ਲਓ, ਕਿਉਂਕਿ ਤੁਸੀਂ ਅਡਲਟ ਹੋ, ਕੋਈ ਬੱਚੇ ਨਹੀਂ ਹੋ। ਇਸ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਵੈਸਟਰਨ ਕਲਚਰ ਦੀ ਤਰਫ ਜੇ ਜ਼ਿਆਦਾਤਰ ਜਾ ਕੇ ਨਾ ਦੇਖੋ, ਇਸ ਚੀਜ਼ ਨੂੰ ਦੇਖੋ ਕਿ ਸਾਡੇ ਮਾਂ ਬਾਪ ਨੇ ਕੀ ਸੰਸਕਾਰ ਦਿੱਤੇ ਨੇ, ਮਾਂ ਬਾਪ ਨੇ ਕੀ ਸਮਝਾਇਆ। ਠੀਕ ਹੈ, ਕਹਿੰਦੇ ਨੇ ਕਿ ਜਦੋਂ ਕੋਈ ਰੋਕਣ ਟੋਕਣ ਵਾਲਾ ਹੋਵੇ ਨਾ ਤੁਹਾਡੇ ਕੋਲ, ਆਪਣੇ ਕੋਲ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ। ਜਿੰਨਾ ਰਾਤ ਨੂੰ ਕਈ ਕੁੜੀਆਂ ਸ਼ਿਫਟ ਜਿਹੜੀ ਹੁੰਦੀਆਂ, ਲੇਟ ਨਾਈਟ ਜਿਹੜੀ ਹੈਗੀ ਆ, ਉਹ ਹੁੰਦੀ ਆ ਖਤਮ, ਤਾਂ ਉਹ ਘਰਾਂ ਨੂੰ ਜਾਂਦੀਆਂ ਨੇ। ਕੋਈ ਇਸ ਘਟਨਾ ਤੋਂ ਬਾਅਦ ਕੋਈ ਪੁਲਿਸ ਨੂੰ ਤੁਸੀਂ ਕੋਈ ਹੁਕਮ ਦਿੱਤਾ ਹੋਵੇ ਕਿ ਨਫ਼ਰੀ ਵਧਾਈ ਜਾਵੇ ਜਾਂ ਕੋਈ ਗਾਈਡਿੰਗ ਕੀਤਾ ਹੋਵੇ? ਉਹ ਵੀ ਚੱਲ ਰਹੀ ਆ, ਉਸ ਦੀ ਵੀ ਮੀਟਿੰਗਸ ਚੱਲ ਰਹੀਆਂ ਨੇ। ਠੀਕ ਹੈ, ਕਿ ਜਿਹੜੀਆਂ ਵਿਮਨ ਸੇਫਟੀ ਦੇ ਲਈ, ਅਗਰ ਲੜਕੀਆਂ ਇਕੱਲੀਆਂ ਬਾਹਰ ਨੇ, ਉਹ ਅਗਰ ਆਪਣੇ ਆਪ ਨੂੰ ਸੋਚਦੀਆਂ ਨੇ ਕਿ ਇਸ ਟਾਈਮ 'ਤੇ ਮੈਂ ਅਨਸੇਫ ਫੀਲ ਕਰ ਰਹੀ ਹਾਂ, ਦੇ ਇਮੀਡੀਏਟਲੀ ਕਾਲ ਦਾ ਪੁਲਿਸ। ਇਸ ਡਿਊਟੀ ਬਣਦੀ ਹੈ ਕਿ ਉਹ ਪੁਲਿਸ ਜਿਹੜੀ ਉਹਨੂੰ ਰਿਸਕਾਟ ਕਰੇਗੀ, ਉਹਦੇ ਨਾਲ ਇੱਕ ਵਿਮਨ ਪੁਲਿਸ ਆਫਿਸਰ ਹੋਏਗਾ, ਉਹ ਰਿਸਕਾਟ ਕਰਕੇ ਉਹਨਾਂ ਨੂੰ ਘਰ ਵਾਪਸ ਛੱਡ ਕੇ ਆਉਣਗੇ। ਮੈਂ ਬਹੁਤ ਸਾਰੇ ਜਦੋਂ ਦੇਰ ਰਾਤ ਆਟੋ ਵੀ ਚੱਲਦੇ ਨੇ, ਟੈਕਸੀਆਂ ਚੱਲਦੇ, ਬਹੁਤ ਸਾਰੇ ਲੋਕਾਂ ਦੀ ਡੈਂਟ ਨਹੀਂ ਹੁੰਦੀ, ਕਿ ਇਸ ਤਰੀਕੇ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੇ ਲੋਕ ਰਾਤ ਨੂੰ ਜਾਂ ਕੋਈ ਕਰ ਰਹੇ ਕਿ ਉਹਨਾਂ ਦੀ ਤੁਹਾਡਾ ਡੈਂਟ? ਇਹ ਜਿਹੜਾ ਇਹ ਹੋਣਾ ਚਾਹੀਦਾ ਆ ਕਿ ਜੋ ਵੀ ਰਾਤ ਦੇ ਟਾਈਮ 'ਤੇ, ਚਾਹੇ ਉਹ ਟੈਕਸੀਸ ਚੱਲਦੀਆਂ ਨੇ, ਚਾਹੇ ਬੱਸਿਸ ਚੱਲਦੀਆਂ ਨੇ, ਕੁਛ ਉਹਨਾਂ ਦੀ ਆਈਡੈਂਟੀਫਿਕੇਸ਼ਨ ਇਹਨਾਂ ਕੋਲ ਹੋਣੀ ਚਾਹੀਦੀ, ਔਰ ਪੁਲਿਸ ਨੂੰ ਉਹ ਚੈੱਕ ਵੀ ਕਰਨਾ ਚਾਹੀਦਾ ਰਾਤ ਨੂੰ, ਜਿਹੜੇ ਕਿ ਬੀਟ ਦੇ ਉੱਤੇ ਹੁੰਦੇ ਨੇ, ਕਿ ਜੇ ਕੋਈ ਆਟੋ ਖੜ੍ਹਾ, ਟੈਕਸੀ ਖੜ੍ਹਾ ਜਾਂ ਕੋਈ ਵੀ ਖੜ੍ਹਾ, ਆਰ ਦੇ ਆਥੋਰਾਈਜ਼ ਉਹਨਾਂ ਦੇ ਕੋਲ ਲਾਇਸੈਂਸ ਹੈ ਜੋ ਕਿ ਉਸ ਟਾਈਮ ਦੇ ਉੱਤੇ ਖੜ੍ਹੇ ਨੇ, ਉਹਨਾਂ ਦੀ ਵੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ, ਜਿਹੜੀ ਕਿ ਪੁਲਿਸ ਦੇ ਉੱਤੇ ਡਿਪੈਂਡ ਕਰਦੀ ਹੈ। ਇਸ 'ਤੇ 4 ਮਹੀਨੇ ਤੋਂ ਮੈਮ ਸਫ਼ਰ ਕਿਹੋ ਜਿਹਾ ਰਿਹਾ, ਕਿਹੋ ਜਿਹੀ ਤੁਹਾਡੇ ਕੋਲ ਸ਼ਿਕਾਇਤ ਆਈਆਂ, ਔਰ ਜਦੋਂ ਤੁਸੀਂ ਫੀਲਡ 'ਚ ਕੰਮ ਕਰਦੇ ਹੋ ਵੱਖਰੇ, ਜਦੋਂ ਤੁਸੀਂ ਇੱਕ ਜ਼ਿੰਮੇਵਾਰ ਤੌਰ 'ਤੇ ਕੰਮ ਕਰਦੇ ਹੋ, ਤੁਸੀਂ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਕਿਸ ਤਰੀਕੇ ਦੀ ਜ਼ਿਆਦਾਤਰ ਤੁਹਾਨੂੰ ਔਰਤਾਂ ਵੱਲੋਂ ਸ਼ਿਕਾਇਤ ਇਸ 4 ਮਹੀਨੇ ਦੇ ਵਿੱਚ ਮਿਲੀ? ਉਹ ਥੋੜ੍ਹਾ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਪੂਰਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ 4 ਮਹੀਨਿਆਂ ਦੇ ਅੰਦਰ ਜਿਹੜਾ ਮੇਰੇ ਕੋਲ ਡੋਮੈਸਟਿਕ ਵਾਇਲੈਂਸ ਦੇ ਬਹੁਤ ਕੇਸਿਸ ਆਉਂਦੇ ਨੇ, ਹਸਬੈਂਡ ਐਂਡ ਵਾਈਫ ਦੀ ਲੜਾਈ ਹੈ ਜਾਂ ਨੂੰਹ ਅਤੇ ਸੱਸ ਦੀ ਲੜਾਈ ਹੈ, ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਆ। ਠੀਕ ਹੈ, ਸਾਈਬਰ ਕ੍ਰਾਈਮ,
ਜਿਹੜਾ ਹੈਗਾ ਅਨ ਜਿਹੜੀਆਂ ਬੱਚੇ ਬਾਹਰ ਰਹਿੰਦੇ ਨੇ ਆ ਕੇ ਬਾਅਦ 'ਚੋਂ ਕਹਿੰਦੇ ਕਿ ਸਾਡੀਆਂ ਕਿਸੇ ਨੇ ਵੀਡੀਓਜ਼ ਵਗੈਰਾ ਲੋਡ ਕੀਤੀਆਂ ਉਹ ਬਹੁਤ ਜ਼ਿਆਦਾ ਆ। ਲਿਵ ਇਨ ਰਿਲੇਸ਼ਨਸ਼ਿਪਸ ਬਹੁਤ ਹੀ ਜ਼ਿਆਦਾ ਨੇ, ਕਿਉਂਕਿ 2-4 ਸਾਲ ਰਹਿ ਲਿਆ, ਉਦੋਂ ਬਾਅਦ ਲੜਕਾ ਕਹਿੰਦਾ ਮੈਂ ਤਾਂ ਜਾ ਰਿਹਾ, ਕੋਈ ਵਿਆਹ ਨਹੀਂ ਹੁੰਦਾ। ਉਹ ਲੜਕੀ ਫਿਰ ਇੱਥੇ ਆਉਂਦੀ ਹੈ ਕਿ ਮੇਰੀ ਮੇਰੇ 'ਤੇ ਤਾਂ ਸਟਿਗਮਾ ਲੱਗ ਗਿਆ ਪੂਰਾ ਕਿ ਮੈਂ ਲਿਵ ਇਨ ਰਿਲੇਸ਼ਨ 'ਚ, ਹੁਣ ਮੈਂ ਮੈਰਿਜ ਕਿੱਥੇ ਗਿਆ, ਲੜਕੇ ਅੰਦਰ ਜਾ ਕੇ ਵਿਆਹ ਕਰਾ ਲਿਆ, ਰਾਈਟ। ਇਹਦੇ ਅੰਦਰ ਵੀ ਥੋੜ੍ਹਾ ਜਿਹਾ ਕਾਨੂੰਨ ਜਿਹੜਾ ਹੈਗਾ ਨਾ ਸਾਡਾ, ਉਹ ਓਪਨ ਐਂਡਡ ਜਿਹਾ ਹੈਗਾ ਆ, ਕਿਉਂਕਿ ਇਹਦੇ ਅੰਦਰ ਕੋਈ ਡਿਫਾਈਨ ਨਹੀਂ ਕੀਤਾ ਹੋਇਆ ਕਿ ਲਿਵ ਇਨ ਰਿਲੇਸ਼ਨ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ। ਮੇਰੇ ਕੋਲ ਬੜੇ ਕੇਸਿਸ ਐਸੇ ਨੇ ਜਿਹੜੇ ਕਿ ਮੈਰਿਡ ਲੇਡੀਜ਼ ਨੇ, ਘਰ ਦੇ ਅੰਦਰ 2 ਬੱਚੇ ਨੇ, ਵਾਈਫ ਹੈ, ਸਭ ਕੁਛ ਆ, ਉਹ ਬਾਹਰ ਜਾ ਕੇ ਕਿਸੇ ਹੋਰ ਲੇਡੀ ਦੇ ਨਾਲ ਵੀ ਰਹਿ ਰਿਹਾ ਆ, ਠੀਕ ਹੈ। ਹੁਣ ਇੱਥੇ ਕਾਨੂੰਨ ਕਹਿੰਦਾ ਕਿ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ ਕਰ ਸਕਦੇ ਹੋ, ਮਗਰ ਇੱਥੇ ਸ਼ੋਧ ਦੀ ਜ਼ਰੂਰਤ ਹੈ। ਇੱਥੇ ਜਿਹੜਾ ਹੈ ਇਹ ਨਹੀਂ ਹੈ ਕਿ ਤੁਸੀਂ ਓਪਨ ਐਂਡਡ ਛੱਡ ਦਿਓ, ਜੋ ਮਰਜ਼ੀ ਕਰ ਲੇ। ਇਟ ਸ਼ੁੱਡ ਬੀ ਕਿ ਜੇ ਮੈਰਿਡ ਬੰਦਾ ਆ ਉਸ ਦੇ ਉੱਤੇ ਲਿਵ ਇਨ ਰਿਲੇਸ਼ਨਸ਼ਿਪ ਨਹੀਂ ਲਾਗੂ ਹੁੰਦਾ। ਅਗਰ ਉਹਨੇ ਲਿਵ ਇਨ ਰਿਲੇਸ਼ਨਸ਼ਿਪ ਕਰਨਾ, ਡਿਵੋਰਸ ਦ ਵਾਈਫ, ਮੈਂਟੇਨੈਂਸ ਦਿਓ, ਫੈਮਿਲੀ ਨੂੰ ਸੈਟਲ ਕਰੋ, ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਸੋ ਇਹ ਓਪਨ ਐਂਡਡ ਕੇਸ ਜਿਹੜਾ ਚੱਲ ਰਿਹਾ ਬਹੁਤ ਜ਼ਿਆਦਾ, ਇਹਦੇ ਉੱਤੇ ਵੀ ਅਸੀਂ ਪੇਪਰ ਪਾ ਰਹੇ, ਠੀਕ ਹੈ। ਦਿਸ ਇਜ਼ ਨੋਟ ਕਰੈਕਟ, ਇਹ ਸਾਡੇ ਸਮਾਜ ਦੇ ਲਈ ਬਹੁਤ ਹਾਨੀਕਾਰਕ ਹੈ, ਨਾ ਕਿ ਕੋਈ ਅਸੀਂ ਲਾਭਦਾਰੀ ਕਰਕੇ। ਅਸੀਂ ਵੈਸਟਰਨ ਕਲਚਰ 'ਤੇ ਅਪਣਾ ਲਿਆ, ਮਗਰ ਸਾਡੇ ਨਾ ਤਾਂ ਸੰਸਕਾਰ ਹੋਏ ਜੇ ਨੇ ਕਿ ਅਲਾਓ ਕਰਨ ਕਿਸੇ ਕੁੜੀਆਂ ਨੂੰ ਇਸ ਤਰੀਕੇ ਦੇ, ਨਾ ਹੀ ਸਮਾਜ ਉਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਦੇਖਦਾ ਕਿ ਇਹ ਕੋਈ ਅੱਛੀ ਚੀਜ਼ ਹੈ ਕਿ ਲੜਕੀ ਨੇ ਕੰਮ ਕੀਤਾ ਇੱਦਾਂ ਦਾ, ਉਹਦੇ 'ਚ ਵੀ ਸ਼ੋਅ ਦੀ ਜ਼ਰੂਰਤ ਹੈ। ਮੈਨੂੰ ਕਲਕੱਤਾ ਘਟਨਾ ਪੂਰੀ, ਉੱਥੇ ਕੋਈ ਜਾਣ ਦਾ ਪ੍ਰੋਗਰਾਮ ਹੋਵੇ ਜਾਂ ਉੱਥੋਂ ਦੇ ਸਰਕਮਸਟਾਂਸ ਸਮਝਣ ਦੀ ਹੋਵੇ, ਜਾਂ ਉਹ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਇਹਦੀਆਂ ਘਟਨਾ ਨਾ ਵਾਪਰਨ, ਕੋਈ ਇਹ ਹੋਵੇ ਕਿ ਇਮੀਡੀਏਟਲੀ ਕੋਈ ਪ੍ਰੋਗਰਾਮ ਜਿਹੜਾ ਤੁਹਾਡੇ ਵੱਲੋਂ। ਦੇਖੋ ਇੱਦਾਂ ਆ, ਜਿੱਥੇ ਤੱਕ ਉੱਥੇ ਜਾਣ ਦਾ ਸਵਾਲ ਹੈ, ਇਨਕੁਆਇਰੀ ਹੋ ਜਾਣ ਦਿਓ, ਸਭ ਕੁਛ ਹੋਣ ਦੋ। ਸੀਬੀਆਈ ਇਨਕੁਆਇਰੀ, ਬਿਲਕੁਲ ਬਿਲਕੁਲ ਫਾਸਟ ਟਰੈਕ ਨਹੀਂ ਹੈ, ਬਿਲਕੁਲ ਚਲੋ ਕਰ ਦਿੱਤਾ ਗਿਆ, ਦੈਟ ਇਜ਼ ਵੈਰੀ ਨਾਈਸ। ਜੋ ਵੀ ਕੋਰਟ ਨੇ ਡਿਸੀਜਨ ਦਿੱਤਾ ਔਰ ਝਾੜ ਪਾਈ ਹੈ, ਬਹੁਤ ਅੱਛਾ ਹੈ। ਸੀਬੀਆਈ ਦੀ ਇਨਕੁਆਇਰੀ ਹੈ ਹੁਣ, ਇਟਸ ਨੋਟ ਅੰਡਰ ਦਾ ਹੈਂਡਸ ਆਫ ਦ ਲੋਕਲ ਪੁਲਿਸ, ਉਸ ਚੀਜ਼ ਨੂੰ ਕੋਈ ਇਨਫਲੂਐਂਸ ਨਹੀਂ ਕਰ ਸਕਦਾ ਹੈ, ਰਾਈਟ। ਔਰ ਬਾਕੀ ਹੈ ਕਿ ਇਸ ਚੀਜ਼ ਨੂੰ ਲੈ ਕੇ ਅਗਰ ਮੈਂ ਸੋਚਾਂ ਕਿ ਪੰਜਾਬ 'ਚ ਸ਼ੁਰੂ ਕਰੀਏ, ਆਲਰੇਡੀ ਵੀ ਆਰ ਡੂਇੰਗ ਇਟ, ਆਲਰੇਡੀ ਵੀ ਆਰ ਡੂਇੰਗ ਕਿ ਬਈ ਇਹ ਜਿਹੜਾ ਵਿਮਨ ਸੇਫਟੀ ਦੇ ਸਿਕਿਉਰਿਟੀ ਦੇ ਲਈ ਆਲਰੇਡੀ ਪੁਲਿਸ ਇਜ਼ ਡੂਇੰਗ ਸੋ ਮਚ ਆਫ ਇਟ, ਬਟ ਯੈਸ ਕੁਛ ਹੋਰ ਜਿਹੜੀਆਂ ਕਾਨੂੰਨ ਜਿਹੜੇ ਨੇ ਸੇਫਟੀ ਦੇ ਲਈ ਲੜਕੀਆਂ ਦੇ ਲਈ ਉਹ ਲਾਗੂ ਹੋ ਪ੍ਰੈਸ਼ਰ ਰਹਿੰਦਾ ਮੈਮ ਕਮਿਸ਼ਨ ਆਫਿਸ ਦੇ ਅੰਦਰ, ਬਿਲਕੁਲ ਵੀ ਨਹੀਂ। ਕਿਉਂਕਿ ਸਵਾਲ ਉੱਠਦੇ ਨੇ ਕਿ ਜਦੋਂ ਅਪੁਆਇੰਟਮੈਂਟ ਗਵਰਨਮੈਂਟ ਵੱਲੋਂ ਹੁੰਦੀ ਹੈ ਤਾਂ ਪ੍ਰੈਸ਼ਰ ਕਿਤੇ ਨਾ ਕਿਤੇ ਰਹਿੰਦਾ, ਉਹ ਲੋਕਾਂ ਦੇ ਦਿਮਾਗ ਦੇ ਵਿੱਚ, ਜਹਿਨ ਦੇ ਵਿੱਚ ਇਹ ਆਮ ਹੀ ਇੱਕ ਪਰਸੈਪਸ਼ਨ ਹੈ ਮੈਮ, ਇਹ ਚੱਲਦੀ ਹੈਗੀ ਆ ਕਿ ਪ੍ਰੈਸ਼ਰ ਰਹਿੰਦਾ ਪੋਲੀਟੀਕਲੀ। ਦੇਰ ਇਜ਼ ਨੋ ਪੋਲੀਟੀਕਲ ਪ੍ਰੈਸ਼ਰ। ਜਿਸ ਦਿਨ ਮੈਨੂੰ ਸੀਟ ਦਿੱਤੀ ਸੀ, ਜਿਸ ਦਿਨ ਮੈਨੂੰ ਕਿਹਾ ਸੀ ਵੀ ਤੁਸੀਂ ਇਹ ਸੀਟ ਸੰਭਾਲੋਗੇ, ਉਸ ਦਿਨ ਮੈਨੂੰ ਸੀ ਐਮ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ ਕਿ ਤੁਸੀਂ ਕਿਸੇ ਦੀ ਵੀ ਕਾਲ ਆ ਜਾਵੇ ਜੀ, ਚਾਹੇ ਕਿਸੇ ਮੰਤਰੀ ਦੀ ਆ ਜਾਵੇ, ਸੰਤਰੀ ਦੀ ਆ ਜਾਵੇ, MLA ਸਾਹਿਬ ਦੀ ਆ ਜਾਵੇ, ਕਿਸੇ ਦੀ ਵੀ ਕੋਈ ਕਾਲ ਆ ਜਾਵੇ, ਤੁਸੀਂ ਉਸ ਨੂੰ ਐਂਟਰਟੇਨ ਨਹੀਂ ਕਰਨਾ ਇਨ ਦਾ ਫੇਵਰ ਆਫ ਐਨੀਬਡੀ ਜੀ। ਅਗਰ ਕਹਿੰਦੇ ਕਿ ਤੁਹਾਡੇ ਹੱਥੋਂ ਲੱਗਦਾ ਕਿ ਤੁਹਾਡੇ 'ਤੇ ਕੋਈ ਜ਼ਿਆਦਾ ਪ੍ਰੈਸ਼ਰ ਹੈ ਜਾਂ ਕੁਛ ਹੈ, ਰੈਫਰ ਇਟ ਟੂ ਮੀ, ਮੈਂ ਇਮੀਡੀਏਟਲੀ ਆਪਣੇ ਆਪ ਨੂੰ ਸੋਲਵ ਕਰਾਂਗਾ, ਠੀਕ ਹੈ। ਦੇਰ ਇਜ਼ ਨੋ ਪੋਲੀਟੀਕਲ ਪ੍ਰੈਸ਼ਰ, ਔਰ ਮੇਰੇ 'ਤੇ ਤਾਂ ਬਲਕਿ ਜ਼ਿਆਦਾ ਉਲਟਾ ਹੀ ਹੋ ਰਿਹਾ ਕਿ ਅਗਰ ਉਹ ਕਹਿੰਦੇ ਨੇ ਕਿ ਮੈਡਮ ਸੁਣਦੇ ਨਹੀਂ ਕਿਸੇ ਦੀ, ਔਰ ਮੈਨੂੰ ਸੁਣਨ ਦੀ ਲੋੜ ਹੀ ਨਹੀਂ ਹੈ ਜੀ। ਅਗਰ ਮੇਰਾ ਇਹ ਇੰਪ੍ਰੈਸ਼ਨ ਲੋਕਾਂ 'ਤੇ ਜਾਂਦਾ ਹੈ ਕਿ ਇਹ ਮੈਡਮ ਬੈਠ ਕੇ ਕਿਸੇ ਦੀ ਵੀ ਨਹੀਂ ਸੁਣ ਰਹੇ, ਦੈਟਸ ਅ ਪਲੱਸ ਪੁਆਇੰਟ ਫੋਰ ਮੀ, ਓਕੇ। ਮੇਰੇ 'ਤੇ ਨਾ ਪੁਲਿਸ ਦਾ ਪ੍ਰੈਸ਼ਰ ਕੋਈ, ਕਿਉਂਕਿ ਜੇ ਅਗਰ ਮੈਨੂੰ ਲੱਗਦਾ ਹੈ ਕਿ ਇਸ ਕੇਸ ਦਾ IU ਜਿਹੜਾ ਹੈ ਉਹਨੇ ਠੀਕ ਤਰੀਕੇ ਨਾਲ ਸੁਣਵਾਈ ਨਹੀਂ ਕੀਤੀ ਹੈ, ਔਰ ਇਹ ਮੇਰੇ ਕੋਲ ਜਿਹੜਾ ਕੇਸ ਇੱਕ ਸਾਈਡਡ ਲੈ ਕੇ ਕੋਈ ਫੇਵਰਸ ਲੈ ਕੇ ਮੇਰੇ ਕੋਲ ਬਿਲਡਅਪ ਕੀਤਾ, ਮੈਂ ਇਮੀਡੀਏਟਲੀ ਉਹਨੂੰ ਖਤਮ ਕਰਕੇ ਕਿਸੇ ਹੋਰ ਇਨਕੁਆਇਰੀ ਕਿਸੇ ਹੋਰ ਅਫਸਰ ਤੋਂ ਕਰਵਾ ਕੇ ਉਸ ਨੂੰ ਖਤਮ ਕੀਤਾ ਜਾਂਦਾ। ਆਈ ਐਮ ਨੋਟ ਅੰਡਰ ਪ੍ਰੈਸ਼ਰ ਆਫ ਐਨੀਬਡੀ, ਨੀਦਰ ਪੋਲੀਟੀਕਲ ਪ੍ਰੈਸ਼ਰ ਨੋਟ ਦ ਪੁਲਿਸ ਪ੍ਰੈਸ਼ਰ, ਐਂਡ ਐਵਰੀਬਡੀ ਨੋਜ਼ ਮੀ ਵੈਰੀ ਵੈਲ
ਕਿ ਇਹਨਾਂ ਦੇ ਕੋਲ ਇੱਥੇ ਕੋਈ ਪ੍ਰੈਸ਼ਰ ਨਹੀਂ ਚੱਲਦਾ। ਬਹੁਤ ਸਾਰੇ ਸਾਡੇ ਦਰਸ਼ਕ ਪ੍ਰੋਗਰਾਮ ਦੇਖਣਗੇ ਤਾਂ ਕੁਛ ਸੁਨੇਹਾ ਖਾਸ ਤੌਰ 'ਤੇ ਬੱਚਿਆਂ ਬੱਚੀਆਂ ਦੇ ਨਾਲ ਜਿਹੜੀਆਂ ਸਕੂਲ ਕਾਲਜ ਜਾਂ ਨੌਕਰੀ ਪੇਸ਼ਾ ਨੇ ਜਿਹੜੀਆਂ ਇਕੱਲੇ ਰਹਿੰਦੀਆਂ ਨੇ ਦੇਰ ਸ਼ਾਮ ਆਉਂਦੀਆਂ ਨੇ। ਮੈਂ ਸੁਨੇਹਾ ਸਾਰੇ ਛੋਟੇ ਮਤਲਬ ਵਰਕਿੰਗ ਗਰਲਸ ਜਾਂ ਸਟੂਡੈਂਟਸ ਵਗੈਰਾ ਉਹਨਾਂ ਨੂੰ ਮੇਰਾ ਸੁਨੇਹਾ ਇਹੀ ਹੈ ਕਿ ਜਦੋਂ ਵੀ ਤੁਸੀਂ ਕਿਤੇ ਵਰਕਿੰਗ ਲਈ ਜਾਓ ਜੀ, ਉਸ ਨੂੰ ਬੜੀ ਚੰਗੀ ਤਰ੍ਹਾਂ ਦੇਖੋ ਕਿ ਇਹ ਕੰਪਨੀ ਜਿਹੜੀ ਹੈ ਇਹ ਕਿਸ ਤਰੀਕੇ ਦੀ ਕੰਪਨੀ ਹੈ, ਕਿਉਂਕਿ ਮੇਰੇ ਕੋਲ ਬੜੇ ਕੇਸਿਸ ਐਸੇ ਆਏ ਨੇ ਉਹ ਕੰਪਨੀ ਦੇ ਅੰਦਰ ਕੰਮ ਕਰਨ ਲੱਗ ਜਾਂਦੇ ਨੇ ਬਿਕੋਜ਼ ਦਾ ਕੰਪਨੀ ਇਜ਼ ਗਿਵਿੰਗ ਲੋਟ ਆਫ ਗੁੱਡ ਸੈਲਰੀ, ਲੇਕਿਨ ਉਸ ਤੋਂ ਬਾਅਦ ਜਿਹੜੀ ਆ ਉਹ ਫਰੋਡ ਨਿਕਲ ਜਾਂਦੀ ਹੈ ਕੰਪਨੀ, ਔਰ ਜਦੋਂ ਪੁਲਿਸ ਦੀ ਰੇਡ ਪੈਂਦੀ ਹੈ ਨਾ ਫਿਰ ਉਹ ਸਾਰੇ ਦੇ ਸਾਰੇ ਈਵਨ ਇੰਪਲੋਈਜ਼ ਉਹ ਜੇਲ੍ਹ 'ਚ ਜਾਂਦੇ ਨੇ। ਨੈਵਰ ਡੂ ਦੈਟ ਕਿ ਕਿਸੇ ਤਰੀਕੇ ਦੇ ਨਾਲ ਜਿੱਦੇ ਤੱਕ ਤੁਹਾਡਾ ਅਪੁਆਇੰਟਮੈਂਟ ਲੈਟਰ ਨਹੀਂ ਆ, ਜਦੋਂ ਤੱਕ ਤੁਹਾਡੇ ਕੋਲ ਕੋਈ ਜੋਬ ਕਾਰਡ ਨਹੀਂ ਆ ਜਾਂਦਾ ਉਦੋਂ ਤੱਕ ਤੁਸੀਂ ਕੰਮ ਨਹੀਂ ਸ਼ੁਰੂ ਕਰਨਾ, ਦੈਨ ਯੂ ਆਰ ਕੰਸੀਡਰਡ ਐਜ਼ ਇੰਪਲੋਈ। ਅਗਰ ਇੰਪਲੋਈ ਨਹੀਂ ਹੋ ਦੈਨ ਯੂ ਆਰ ਹੈਂਡ ਇਨ ਗਲਵ ਵਿਦ ਦ ਕੰਪਨੀ, ਠੀਕ ਹੈ, ਇਹੋ ਕੰਮ ਬਿਲਕੁਲ ਨਹੀਂ ਕਰਨਾ। ਐਂਡ ਸੈਕਿੰਡਲੀ ਕੁੜੀਆਂ ਜਿਹੜੀਆਂ ਨੇ ਉਹ ਬਾਹਰੋਂ ਪਿੰਡਾਂ 'ਚੋਂ ਆਉਂਦੀਆਂ ਨੇ, ਬਾਹਰੋਂ ਆਉਂਦੀਆਂ ਨੇ, ਇਹਨਾਂ ਨੂੰ ਜਿਹੜੇ ਪੀ ਜੀ ਸਪੈਸ਼ਲ ਜਿਹੜੀਆਂ ਰਹਿੰਦੀਆਂ ਨੇ ਕੁੜੀਆਂ, ਉਹਨਾਂ ਲਈ ਤਾਂ ਇਹੀ ਸਲਾਹ ਹੈ ਕਿ ਜਦੋਂ ਵੀ ਘਰੋਂ ਪੈਰ ਪੱਟੋ ਨਾ ਇੱਕ ਵਾਰੀ ਜ਼ਰੂਰ ਪਿੱਛੇ ਮੁੜ ਕੇ ਦੇਖਿਓ ਕਿ ਮਾਂ ਬਾਪ ਨੇ ਕੀ ਸਲਾਹ ਦਿੱਤੀ ਸੀ, ਮਾਂ ਬਾਪ ਨੇ ਕੀ ਸੋਚ ਕੇ ਸਾਨੂੰ ਭੇਜਿਆ ਸੀ ਇੱਥੇ। ਲੋਕ ਪੈਲੀਆਂ ਵੇਚ ਵੇਚ ਕੇ ਤੁਹਾਨੂੰ ਬਾਹਰ ਭੇਜ ਰਹੇ ਨੇ ਆਪਣਾ ਪੜ੍ਹਨ ਦੇ ਲਈ, ਆਪਣਾ ਅੱਛਾ ਕੈਰੈਕਟਰ ਜਿਹੜਾ ਮੋਰਲੀ ਉਹ ਆਪਣੇ ਆਪ ਨੂੰ ਸਟਰੋਂਗ ਰੱਖੋ, ਉਸ ਚੀਜ਼ ਵੈਸਟਰਨ ਕਲਚਰ ਦੇ ਅੰਦਰ ਜ਼ਿਆਦਾ ਨਾ ਪੈ ਕੇ ਆਪਣੇ ਸੰਸਕਾਰਾਂ ਨੂੰ ਆਪਣੇ ਵੱਡਿਆਂ ਦਾ ਪਿੱਛੇ ਦੇਖੋ ਤੁਸੀਂ। ਧੰਨਵਾਦ ਮੈਮ ਸਮਾਂ ਦੇਣ ਦੇ ਲਈ। ਥੈਂਕ ਯੂ। ਕਲਕੱਤਾ ਰੇਪ ਕੇਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੀ ਚਿੰਤਤ ਹੈ ਔਰ ਪੰਜਾਬ ਦੇ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਇਸ ਨੂੰ ਇੱਕ ਡਾਇਰੈਕਸ਼ਨ ਦਿੱਤੀਆਂ ਜਾ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰਲ ਮਿਨਿਸਟਰੀ ਹੋਵੇ ਚਾਹੇ ਗੌਰਮੈਂਟ ਆਫ ਪੰਜਾਬ ਹੋਵੇ, ਉਹਨਾਂ ਨੂੰ ਵੀ ਜਿਹੜਾ ਹੈਗਾ ਮਿਲ ਕੇ ਗੌਰਮੈਂਟ ਦੇ ਸਾਹਮਣੇ ਪੂਰਾ ਮਾਮਲੇ ਧਿਆਨ ਦੇ ਵਿੱਚ ਲਿਆਂਦੇ ਜਾਣਗੇ ਔਰ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਕਲਕੱਤਾ ਘਟਨਾ 'ਤੇ ਗੱਲਬਾਤ ਕੀਤੀ ਸੀ ਔਰ ਇਹ ਵੀ ਇਹਨਾਂ ਵੱਲੋਂ ਯਕੀਨ ਦਵਾਇਆ ਗਿਆ ਕਿ ਸਾਡਾ 24 ਘੰਟੇ ਜਿਹੜਾ ਹੈਗਾ ਨੰਬਰ ਜਿਹੜਾ ਹੈਗਾ ਓਪਨ ਰਹਿੰਦਾ ਹੈਗਾ, ਤਾਂ ਪੰਜਾਬ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ, ਆਪਣੇ ਤੌਰ 'ਤੇ ਉਹ ਕਮਿਸ਼ਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਧੰਨਵਾਦ।